ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ ਫਰਸਟ ਦੇ ਲਈ ਬੀਏ ਸੈਮੈਸਟਰ ਫਰਸਟ ਦੇ ਲਈ ਸੋਸ਼ੀਓਲੋਜੀ ਸਬਜੈਕਟ ਦੇ ਆਪਾਂ ਜਿਹੜੇ ਕਿ ਸ਼ਾਰਟ ਕੁਐਸਚਨ ਆਨਸਰ ਲੈ ਕੇ ਆਏ ਆ ਤੇ ਮੋਸਟ ਇੰਪੋਰਟੈਂਟ ਆਪਾਂ ਸਟੂਡੈਂਟਸ ਕੁਐਸਚਨ ਕਰਾਂਗੇ ਇਹਦੇ ਵਿੱਚ ਹਾਂਜੀ ਫਰਸਟ ਚੈਪਟਰ ਤੁਹਾਡਾ ਹੈਗਾ ਸਮਾਜ ਵਿਗਿਆਨ ਅਰਥ ਪ੍ਰਕਿਰਤੀ ਤੇ ਵਿਸ਼ਾ ਖੇਤਰ ਦੇ ਵਿੱਚੋਂ ਸਮਾਜ ਵਿਗਿਆਨ ਕੀ ਹੈ ਜਾਂ ਸਮਾਜ ਸ਼ਾਸਤਰ ਕੀ ਹੈ ਸੋਸ਼ੀਓਲੋਜੀ ਕੀ ਹੈ ਇਹ ਤੁਹਾਨੂੰ ਲੌਂਗ ਕੁਐਸਚਨਾਂ ਦੇ ਵਿੱਚ ਵੀ ਤੁਹਾਨੂੰ ਸਾਰੇ ਕੁਐਸਚਨ ਤੁਹਾਡੇ ਰ ਫ੍ਰਾਂਸੀਸੀ ਜਿਹੜੇ ਵਿਗਿਆਨੀ ਐ ਉਹ ਅਗਸਟੇ ਅਗਸਟੇ ਕਾਮਤੇ ਨੂੰ ਜਿਹੜੇ ਕਿ ਸਮਾਜ ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਤੇ ਸਟੂਡੈਂਟਸ ਫਰਸਟ ਚੈਪਟਰ ਤੇ ਆਪਣਾ ਲੌਂਗ ਕੁਐਸਚਨ ਅਪਲੋਡ ਕੀਤੇ ਹੋਏ ਨੇ ਉਹਨਾਂ ਨੂੰ ਤੁਸੀਂ ਵਾਚ ਕਰ ਸਕਦੇ ਹੋ ਠੀਕ ਹੈ ਫ੍ਰਾਂਸੀਸੀ ਵਿਗਿਆਨੀ ਅਗਸਟ ਕਾਮਤੇ ਨੂੰ ਜਿਹੜੇ ਕਿ ਸਮਾਜ ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਭਾਵ ਕਿ ਸਮਾਜ ਵਿਗਿਆਨ ਦਾ ਸੋਸ਼ੀਓਲੋਜੀ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਅਗਸਟੇ ਕਾਮਤੇ ਨੂੰ ਤੇ ਸੋਸ਼ੀਓਲੋਜੀ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਦੋ ਸ਼ਬਦ ਕਿਹੜੇ ਨੇ ਲਾਤੀਨੀ ਭਾਸ਼ਾ ਦੇ ਸ਼ਬਦ ਸ਼ੋਸ਼ੋ ਲਤਿਨੀ ਭਾਸ਼ਾ ਦਾ ਸ਼ਬਦ ਸ਼ੋਸ਼ੋ ਤੇ ਜਨਾਨੀ ਭਾਸ਼ਾ ਦਾ ਸ਼ਬਦ ਗ੍ਰੀਕ ਜੁਨਾਨੀ ਭਾਸ਼ਾ ਭਾਵ ਕਿ ਗ੍ਰੀਕ ਭਾਸ਼ਾ ਦਾ ਸ਼ਬਦ ਹੈਗਾ ਲੋਗੋਸ ਭਾਵ ਕਿ ਦੋ ਸ਼ਬਦ ਸ਼ੋਸ਼ੋ ਤੇ ਲੋਗੋਸ ਠੀਕ ਹੈ ਲੋਗੋਸ ਇਹ ਦੋ ਸ਼ਬਦਾਂ ਨੇ ਮੇਲ ਤੋਂ ਬਣਿਆ ਸ਼ੋਸ਼ੋ ਸ਼ਬਦ ਜਿਹੜੇ ਕਿ ਲਾਟਿਨ ਭਾਸ਼ਾ ਦਾ ਸ਼ਬਦ ਹੈ ਤੇ ਲੋਗੋਸ ਜਿਹੜੇ ਕਿ ਗ੍ਰੀਕ ਭਾਸ਼ਾ ਦਾ ਸ਼ਬਦ ਇਹਨਾਂ ਦੇ ਮੇਲ ਤੋਂ ਬਣਿਆ ਤੇ ਸ਼ੋਸ਼ੋ ਦਾ ਅਰਥ ਕੀ ਹੈਗਾ ਸਮਾਜ ਤੇ ਲੋਗੋਸ ਦਾ ਅਰਥ ਕੀ ਹੈ ਵਿਗਿਆਨ ਤਾਂ ਇਹਨਾਂ ਦਾ ਦੋਨਾਂ ਦਾ ਅਰਥ ਕੀ ਬਣ ਗਿਆ ਸਮਾਜ ਦਾ ਵਿਗਿਆਨ ਠੀਕ ਹੈ ਅਪਾ ਕਹਿ ਸਕਦੇ ਆ ਕਿ ਸਮਾਜ ਵਿਗਿਆਨ ਦਾ ਅਰਥ ਹੈ ਵੀ ਸਮੂਹਾਂ ਸੰਸਥਾਵਾਂ ਸਭਾਵਾਂ ਸੰਗਠਨ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਜਿਹੜੇ ਜਦੋਂ ਵਿਗਿਆਨਿਕ ਅਧਿਐਨ ਕਰਦਾ ਹੈ ਜਾਂ ਸਮਾਜਿਕ ਸੰਬੰਧਾਂ ਵਿੱਚ ਪਾਏ ਜਾਣ ਵਾਲੇ ਰੀਤੀ ਰਿਵਾਜਾ ਪਰੰਪਰਾਵਾ ਰੂੜੀ ਇਹਨਾਂ ਸਾਰਿਆਂ ਦਾ ਜਿਹੜੇ ਕਿ ਧਿਆਨ ਕੀਤਾ ਜਾਂਦਾ ਉਹ ਹੁੰਦਾ ਸਮਾਜ ਵਿਗਿਆਨ ਤੇ ਇਸ ਤੋਂ ਇਲਾਵਾ ਸੰਸਕ੍ਰਿਤੀ ਦਾ ਵੀ ਇਹਦੇ ਵਿੱਚ ਅਧਿਐਨ ਕੀਤਾ ਜਾਂਦਾ ਅੱਗੇ ਹੈਗਾ ਰਾਈਟਰ ਰਾਈਟਰਾਂ ਤੁਸੀਂ ਜ਼ਰੂਰ ਡੈਫੀਨੇਸ਼ਨ ਯਾਦ ਕਰਨੀ ਨੇ ਹਰ ਇੱਕ ਦੇ ਵਿੱਚੋਂ ਤਿੰਨ ਤਿੰਨ ਰਾਈਟਰ ਤੁਸੀਂ ਯਾਦ ਕਰ ਸਕਦੇ ਹੋ ਹਾਂਜੀ ਮੈਕਸ ਵੈਬਰ ਵੈਬਰ ਦੇ ਅਨੁਸਾਰ ਜਿਹੜੇ ਕਿ ਹਾਂਜੀ ਮੈਕਸ ਵੈਬਰ ਠੀਕ ਹੈ ਇਹਦੇ ਅਨੁਸਾਰ ਜਿਹੜੇ ਕਿ ਅ ਸਮਾਜ ਵਿਗਿਆਨ ਦੀ ਪਰਿਭਾਸ਼ਾ ਉਹ ਵਿਗਿਆਨ ਜੋ ਸਮਾਜਿਕ ਕਿਰਿਆਵਾਂ ਨੂੰ ਅਰਥਪੂਰਨ ਵਿਆਖਿਆ ਕਰਨ ਦਾ ਯਤਨ ਕਰਦਾ ਵੀ ਉਹੋ ਵਿਗਿਆਨ ਉਹ ਸਾਇੰਸ ਜਿਹੜਾ ਕਿ ਸਮਾਜਿਕ ਸੋਸ਼ਲ ਜਿਹੜੇ ਕਿ ਅ ਸੋਸ਼ਲ ਜਿਹੜੇ ਕਿ ਐਕਟੀਵਿਟੀਆਂ ਨੇ ਉਹਨਾਂ ਨੂੰ मीनिंगफुल ਬਿਆਨ ਕਰਨ ਦਾ ਯਤਨ ਕਰਦਾ ਠੀਕ ਹੈ ਤੇ ਨਾਲ ਇਸ ਜਿਸ ਨਾਲ ਇਸ ਗਤੀਵਿਧੀ ਤੇ ਇਹਦੇ ਪਰਿਨਾਮਾ ਪਰਿਨਾਮਾ ਭਾਵ ਕੀ ਰਿਜ਼ਲਟ ਦਾ ਕਾਰਨਾ ਸਹਿਤ ਵਿਆਖਿਆ ਦੇ ਵਿੱਚ ਵਰਣਨ ਕੀਤਾ ਜਾਂਦਾ ਉਹਨੂੰ ਆਪਾਂ ਕੀ ਕਹਾਂਗੇ ਸਮਾਜ ਸ਼ਾਸਤਰ ਜਾਂ ਸਮਾਜ ਵਿਗਿਆਨ ਤੇ ਅਗਲੀ ਕੋਈ ਡੈਫੀਨੇਸ਼ਨ ਜਿਹੜੇ ਤੁਹਾਨੂੰ ਠੀਕ ਲੱਗੀ ਤੁਸੀਂ ਉਹ ਕਰ ਸਕਦੇ ਹੋ ਹਾਂਜੀ ਸਮਾਜ ਵਿਗਿਆਨ ਦਾ ਸ਼ਬਦੀ ਅਰਥ ਇਹ ਆਪਾਂ ਹੋ ਹੀ ਗਿਆ ਹਨਾ ਕੁਐਸਚਨ ਕਿ ਦੋ ਸ਼ਬਦਾਂ ਨੇ ਮੇਲ ਤੋਂ ਬਣਿਆ ਸੋਸ਼ੋ ਤੇ ਲੋਗੋਜ਼ ਸੋਸ਼ੋ ਦਾ ਅਰਥ ਕੀ ਹੈ ਜਿਹੜਾ ਕਿ ਲਾਟਿਨ ਭਾਸ਼ਾ ਦਾ ਸ਼ਬਦ ਹੈ ਤੇ ਲੋਗੋਸ ਦਾ ਜਿਹੜੇ ਕਿ ਗ੍ਰੀਕ ਭਾਸ਼ਾ ਦਾ ਸ਼ਬਦ ਆ ਤੇ ਸ਼ੋਸ਼ੋ ਦਾ ਅਰਥ ਆ ਸਮਾਜ ਤੇ ਲੋਗੋ ਦਾ ਅਰਥ ਹੈ ਵਿਗਿਆਨ ਭਾਵ ਕਿ ਸਮਾਜ ਦਾ ਵਿਗਿਆਨ ਜੋ ਮਨੁੱਖ ਦੇ ਸਮਾਜ ਦਾ ਧਿਆਨ ਕਰਦਾ ਤੇ ਸਮਾਜ ਵਿਗਿਆਨ ਦਾ ਅਰਥ ਆ ਆਪਾਂ ਕੀ ਕਰ ਸਕਦੇ ਕਿ ਇਹ ਹੀ ਆ ਕਿ ਜੋ ਪਹਿਲਾ ਫਸਟ ਕੁਐਸਚਨ ਚ ਉਹੀ ਇੱਥੇ ਰਿਪੀਟ ਆ ਗਿਆ ਕਿ ਸਮਾਜ ਨ ਵਿਗਿਆਨਾ ਜਿਹੜੇ ਕਿ ਸਮਾਜ ਦੇ ਵਿੱਚ ਸਮਾਜਿਕ ਸਮੂਹਾਂ ਸਮਾਜਿਕ ਸਬੰਧ ਸਮਾਜਿਕ ਬੰਤਰ ਸਮਾਜਿਕ ਅੰਤਰਕ੍ਰਿਆਵਾਂ ਸਮਾਜਿਕ ਕਿਰਿਆਵਾਂ ਦਾ ਜਿਹੜੇ ਕਿ ਇਹਨਾਂ ਦਾ ਵਿਗਿਆਨਿਕ ਅਧਾਰ ਤੇ ਜਿਹੜੇ ਕਿ ਅਧਿਐਨ ਕਰਦਾ ਹੈ। ਸਮਾਜ ਵਿਗਿਆਨ ਦਾ ਪਿਤਾ ਕਿਹਨੂੰ ਮੰਨਿਆ ਜਾਂਦਾ ਹੈ ਆਪਣਾ ਹੋਏਗਾ ਕੁਐਸਚਨ ਠੀਕ ਹੈ। ਤੇ ਇਹਨਾਂ ਦੀ ਕਿਹੜੀ ਪੁਸਤਕ ਸੀ ਪੋਜੀਟਿਵ ਫਿਲਾਸਫੀ ਪੋਜੀਟਿਵ ਫਿਲਾਸਫੀ ਦੇ ਵਿੱਚ 6 ਹਿੱਸਿਆਂ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਦੇ ਵਿੱਚ 1849ਵੀਂ ਦੇ ਵਿੱਚ 39 ਦੇ ਵਿੱਚ ਸਮਾਜ ਦੇ ਸਬੰਧ ਦੇ ਵਿੱਚ ਜਨਰਲ ਅਧਿਐਨ ਕਰਨ ਦੇ ਜਿਸ ਵਿਗਿਆਨ ਦੀ ਕਲਪਨਾ ਕੀਤੀ ਉਹਦਾ ਨਾਂ ਕੀ ਰੱਖਿਆ ਗਿਆ ਸੀ ਸੋਸ਼ੀਓਲੋਜੀ ਤੇ ਅੱਗੇ ਹੈ ਵਿਗਿਆਨ ਕੀ ਹੈ ਇਹ ਵੀ ਕੁਐਸਚਨ ਆਉਂਦਾ ਹੁੰਦਾ ਵਿਗਿਆਨ ਸਾਇੰਸ ਹਾਂਜੀ ਕੁਝ ਲੋਕ ਆ ਜਿਹੜੇ ਕਿ ਕੇਵਲ ਸਿਰਫ ਰਸਾਇਣਿਕ ਤੇ ਭੌਤਿਕ ਵਿਗਿਆਨ ਨੂੰ ਹੀ ਕੈਮੀਕਲ ਵਿਗਿਆਨ ਨੂੰ ਭਾਗ ਕਿ ਤੇ ਭੌਤਿਕ ਵਿਗਿਆਨ ਨੂੰ ਹੀ ਜਿਹੜੇ ਕਿ ਫਿਜ਼ਿਕਸ ਠੀਕ ਹੈ ਇਹਨਾਂ ਨੂੰ ਹੀ ਵਿਗਿਆਨ ਮੰਨਦੇ ਨੇ ਬਟ ਅਸਲ ਦੇ ਵਿੱਚ ਵਿਗਿਆਨ ਕੋਈ ਵਿਸ਼ਾ ਸਮਗਰੀ ਨਹੀਂ ਹੋ ਸਕਦੀ ਠੀਕ ਹੈ ਜੇਕਰ ਅਸੀਂ ਇਹਨੂੰ ਵਿਗਿਆਨਿਕ ਵਿਧੀ ਦੁਆਰਾ ਪ੍ਰਾਪਤ ਕਰਦੇ ਆ ਤਾਂ ਉਹੀ ਜਿਹੜੇ ਕਿ ਜਦੋਂ ਵੀ ਆਪਾਂ ਕੋਈ ਵੀ ਨੋਲਜ ਹੈ ਉਹਨੂੰ ਵਿਗਿਆਨਿਕ ਢੰਗ ਦੇ ਨਾਲ ਆਪਾਂ ਹਾਸਲ ਕਰਦੇ ਇੱਕ ਵਿਧੀ ਦੇ ਅਕੋਰਡਿੰਗ ਆਪਾਂ ਨਿਯਮਵੱਧ ਉਹਦੀ ਜਿਹੜੀ ਸਮਗਰੀ ਇਕੱਠੀ ਕਰਦੇ ਦੋਨੋਂ ਆਪਾਂ ਕੀ ਕਹਾਂਗੇ ਵਿਗਿਆਨ ਕਹਾਂਗੇ ਠੀਕ ਹੈ ਕਾਰਲਸ ਪੀਅਰਸਨ ਦੇ ਅਨੁਸਾਰ ਸਭ ਵਿਗਿਆਨਾਂ ਦੀ ਏਕਤਾ ਕੇਵਲ ਉਸਦੀ ਵਿਧੀ ਦੇ ਵਿੱਚ ਹੈ ਨਾ ਕਿ ਉਹਦੀ ਵਿਸ਼ਾ ਸਮਗਰੀ ਦੇ ਮਤਲਬ ਕਿ ਵਿਸ਼ੇ ਸਮਗਰੀ ਦੇ ਅਕੋਰਡਿੰਗ ਨਹੀਂ ਆਪਾਂ ਕਹਿ ਸਕਦੇ ਕਿ ਉਹ ਵਿਗਿਆਨ ਹੈ ਤਾਂ ਜੋ ਜੋ ਵੀ ਜਿਹੜਾ ਕਿ ਤਰੀਕਾ ਜਿਸ ਤਰੀਕੇ ਦੇ ਨਾਲ ਆਪਾਂ ਕੋਈ ਜਾਣਕਾਰੀ ਇਕੱਠੀ ਕਰਦੇ ਆ ਉਹਦੇ ਵਿੱਚ ਵਿਗਿਆਨਿਕ ਵਿਧੀ ਬਣਾਉਂਦੇ ਆ ਠੀਕ ਆ ਕੁਝ ਨਿਯਮਾਂ ਦੇ ਅਕੋਰਡਿੰਗ ਆਪਾਂ ਰੂਲ ਰੈਗੂਲੇਸ਼ਨ ਲਾਗੂ ਕਰਦੇ ਤਾਂ ਉਹਨੂੰ ਆਪਾਂ ਕੀ ਕਹਾਂਗੇ ਵਿਗਿਆਨ ਅੱਗੇ ਹੈ ਸਮਾਜ ਕੀ ਹੁੰਦਾ ਹਾਂਜੀ ਸਮਾਜ ਵਿਗਿਆਨ ਵਿੱਚ ਸਮਾਜ ਦਾ ਅਰਥ ਹੈ ਕਿਸੇ ਵਿਸ਼ੇਸ਼ ਪ੍ਰਕਾਰ ਦੇ ਸਮਾਜਿਕ ਸਬੰਧਾਂ ਦੇ ਸੰਗਠਨ ਦਾ ਪਾਇਆ ਜਾਣਾ ਇਹਦੇ ਵਿੱਚ ਸੰਗਠਨ ਉਹਨਾਂ ਲੋਕਾਂ ਵਿਚਕਾਰ ਹੁੰਦਾ ਜੋ ਕਈ ਕਈ ਸਮਿਆਂ ਤੋਂ ਇੱਕੋ ਜਗ੍ਹਾ ਤੇ ਇਕੱਠੇ ਰਹਿੰਦੇ ਨੇ ਤੇ ਅਗਲਾ ਹੈ ਵਿਗਿਆਨਿਕ ਵਿਧੀ ਕੀ ਹੁੰਦੀ ਹੈ ਹਾਂਜੀ ਸੈਂਟੀਫਿਕ ਮੈਥਡ ਜਿਹਦੇ ਵਿੱਚ ਸਾਨੂੰ ਅਜਹੀ ਸਮੱਸਿਆ ਚੋਂਨ ਕਰਨੀ ਪੈਂਦੀ ਹੈ ਜਿਹੜੀ ਕਿ ਜੋ ਅਧਿਐਨ ਦੀ ਇਸ ਵਿਧੀ ਦੇ ਵਿੱਚ ਭਾਵ ਕਿ ਜਿਹੜੇ ਦੇ ਵਿੱਚ ਆਪਾਂ ਪਹਿਲਾ ਉਹ ਸਮੱਸਿਆ ਦੇਖਾਂਗੇ ਜਿਹਦੇ ਬਾਰੇ ਜਿਹੜੇ ਕਿ ਜਿਸ ਦੇ ਆਪਾਂ ਵਿਗਿਆਨਿਕ ਵਿਧੀ ਦੇ ਰਾਹੀਂ ਜਿਹੜੇ ਕਿ ਕੋਈ ਉਹਦੇ ਨਤੀਜੇ ਜਾਂ ਉਹ ਨੂੰ ਆਪਾਂ ਜਿਹੜੇ ਕਿ ਸਮਗਰੀ ਇਕੱਠੀ ਕਰ ਸਕੀ ਤਾਂ ਆਪਾਂ ਇਹ ਵੀ ਦੇਖਣਾ ਹੁੰਦਾ ਕਿ ਪਹਿਲਾਂ ਇਹ ਜਿਹੜੇ ਇਹ ਤੇ ਖੋਜ ਹੋ ਚੁੱਕੀ ਹੈ ਕਿ ਨਹੀਂ ਬਟ ਇਹ ਕਦੇ ਆਇਆ ਨਹੀਂ ਬਸ ਇੱਕ ਵਾਰ ਰੀਡ ਕਰ ਲੈਣਾ ਜਿਵੇਂ ਪਹਿਲਾਂ ਦੇ ਵਿੱਚੋਂ ਪਰਿਕਲਾਵਾਂ ਦਾ ਨਿਰਮਾਣ ਕਰਾਂਗੇ ਕਰਨਾ ਜ਼ਰੂਰੀ ਹੁੰਦਾ ਜੋ ਬਾਅਦ ਦੇ ਵਿੱਚ ਇਹ ਖੋਜ ਦਾ ਜਿਹੜੇ ਕਿ ਇਹਦੇ ਵਿੱਚ ਆਪਾਂ ਆਧਾਰ ਬਣਾ ਸਕਦੇ ਹਾਂ ਇਸ ਤੋਂ ਬਾਅਦ ਫਿਰ ਵਿਗਿਆਨਿਕ ਵਿਧੀ ਨੂੰ ਪਣਾਉਂਦੇ ਹੋਏ ਸਮਗਰੀ ਇਕੱਠੀ ਕਰਨ ਦੀ ਖੋਜ ਨੂੰ ਆਪਾਂ ਯੋਜਨਾਬੱਧ ਢੰਗ ਦੇ ਨਾਲ ਕਰਨਾ ਪੈਂਦਾ ਫਿਰ ਇਹਦਾ ਵਿਸ਼ਲੇਸ਼ਣ ਕਰਦੇ ਹਾਂ ਫਿਰ ਇਹਦੇ ਵਿੱਚ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਤੇ ਫਿਰ ਇਕੱਠੀ ਕੀਤੀ ਸਮੱਗਰੀ ਦੇ ਜਿਹੜੇ ਕਿ ਨਰੀਖਣ ਕਰਦੇ ਆ ਅਬਜ਼ਰਵੇਸ਼ਨ ਕਰਦੇ ਆ ਤੇ ਅਬਜ਼ਰਵੇਸ਼ਨ ਆ ਜਿਹੜੇ ਕਿ ਇਕੱਠੀ ਕੀਤੀ ਸਮਗਰੀ ਦਾ ਨਰੀਖਣ ਕਰਨਾ ਅਬਜ਼ਰਵੇਸ਼ਨ ਕਰਨਾ ਵਿਗਿਆਨਿਕ ਵਿਧੀ ਦਾ ਪ੍ਰਮੁੱਖ ਆਧਾਰ ਆ ਤੇ ਇਸ ਦੇ ਵਿੱਚ ਕਿਸੇ ਵੀ ਤਕਨੀਕ ਨੂੰ ਅਪਣਾਇਆ ਜਾ ਸਕਦਾ ਬਾਅਦ ਵਿੱਚ ਰਿਕਾਰਡਿੰਗ ਕਰਕੇ ਸਮਗਰੀ ਦਾ ਜਿਹੜੇ ਕਿ ਇਹਦੇ ਵਿੱਚ ਵਿਸ਼ਲੇਸ਼ਣ ਕੀਤਾ ਜਾਂਦਾ ਅੱਗੇ ਹੈ ਇਹਦੇ ਵਿੱਚ ਤੁਸੀਂ ਰੀਡ ਕਰਨਾ ਕੁਐਸਚਨ ਸਟੂਡੈਂਟਸ ਸਮਾਜ ਸ਼ਾਸਤ੍ਰਿਕ ਵਿਗਿਆਨ ਕੀ ਸਮਾਜ ਸ਼ਾਸਤ੍ਰਿਕ ਵਿਗਿਆਨ ਸੋਸ਼ੀਓਲੋਜੀ ਐਜ਼ ਅ ਸਾਇੰਸ ਜਾਂ ਕੀ ਸਮਾਜ ਸ਼ਾਸਤ੍ਰਿਕ ਵਿਗਿਆਨ ਹੈ ਠੀਕ ਹੈ ਹਾਂਜੀ ਸਮਾਜ ਵਿਗਿਆਨ ਦੇ ਵਿੱਚ ਜਿਹੜੇ ਕਿ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਸੋ ਸੋਸ਼ੀਓਲੋਜੀ ਦੇ ਵਿੱਚ ਵਿਗਿਆਨਕ ਵਿਧੀ ਦਾ ਨਾ ਪ੍ਰਯੋਗ ਕੀਤਾ ਜਾਂਦਾ ਇਹਦੇ ਵਿੱਚ ਸਮੱਸਿਆਵਾਂ ਦੇ ਕੇਵਲ ਕੀ ਹੈ ਬਾਰੇ ਹੀ ਨਹੀਂ ਬਲਕਿ ਕਿਉਂ ਤੇ ਕਿਵੇਂ ਦਾ ਵਿਧਿਆਨ ਹੁੰਦਾ ਵੀ ਸਿਰਫ ਸੋਸ਼ੀਓਲੋਜੀ ਦੇ ਸਿਰਫ ਇਹੀ ਨਹੀਂ ਹੁੰਦਾ ਕਿ ਸਮੱਸਿਆ ਕੀ ਹੈ ਇਹਦੇ ਬਾਰੇ ਦੱਸਦਾ ਬਲਕਿ ਇਹ ਸਮੱਸਿਆ ਕਿਉਂ ਪੈਦਾ ਹੋਈ ਠੀਕ ਹੈ ਕਿਉਂ ਪੈਦਾ ਹੋਈ ਕਿਵੇਂ ਪੈਦਾ ਹੋਈ ਇਹਦਾ ਵੀ ਇਹਦੇ ਵਿੱਚ ਨਰੀਖਣ ਹੁੰਦਾ ਇਹਦਾ ਵੀ ਇਹਦੇ ਧਿਆਨ ਹੁੰਦਾ ਤੇ ਸਟੱਡੀ ਹੁੰਦੀ ਹੈ ਇਹਦੇ ਵਿੱਚ ਵੀ ਸਮਾਜ ਦੀ ਇਜ਼ਹਾਰਤਿਕਤਾ ਦਾ ਵੀ ਅਸੀਂ ਜਿਹੜੇ ਕਿ ਪਤਾ ਲਗਾ ਸਕਦੇ ਹਾਂ ਸੋਸ਼ੀਓਲੋਜੀ ਦੇ ਵਿੱਚ ਤੇ ਸਮਾਜ ਵਿਗਿਆਨ ਦੇ ਵਿੱਚ ਭਵਿੱਖਬਾਣੀ ਵੀ ਸਹਾਇੀ ਹੁੰਦੀ ਹੈ ਇਹ ਮੈਂ ਲੌਂਗ ਕੁਐਸਚਨ ਸਟੂਡੈਂਟਸ ਕਰਵਾਇਆ ਹੋਇਆ ਉਹ ਮੈਂ ਤੁਹਾਨੂੰ ਲਿੰਕ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਰ ਦੂੰਗੀ ਤੇ ਇਸ ਪ੍ਰਕਾਰ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿਗਿਆਨ ਦੇ ਵਿੱਚ ਵਿਗਿਆਨਿਕ ਢੰਗ ਨਾਲ ਅਧਿਐਨ ਵੀ ਕੀਤਾ ਜਾਂਦਾ ਹੈ ਨਾ ਇਸ ਕਰਕੇ ਅਸੀਂ ਇਸ ਨੂੰ ਕੀ ਕਹਿੰਦੇ ਵਿਗਿਆਨ ਜਿਹੜੇ ਕੀ ਮੰਨਦੇ ਠੀਕ ਹੈ ਅੱਗੇ ਇਸ ਦੇ ਵਿੱਚੋ ਕੁਐਸਚਨ ਜਿਹੜਾ ਆਉਂਦਾ ਹੁੰਦਾ ਹੈ ਸਮਾਜ ਵਿਗਿਆਨ ਦੇ ਸਿਧਾਂਤ ਸਰਵ ਵਿਆਪਕ ਨਹੀਂ ਕਿਵੇਂ ਠੀਕ ਹੈ ਇਹ ਤਾਂ ਵੈਸੇ ਲੌਂਗ ਕੁਐਸਚਨ ਚ ਬਣ ਰਹੇ ਨੇ ਵੀ ਇਹਦਾ ਹਰ ਜਗ੍ਹਾ ਤੇ ਜਿਹੜੇ ਕਿ ਇਹਨੂੰ ਆਪਾਂ ਲਾਗੂ ਨਹੀਂ ਕਰ ਸਕਦੇ ਕਿਉਂਕਿ ਉਹ ਕਹਿੰਦੇ ਨੇ ਵੀ ਇਹਦੇ ਨਿਯਮਾਂ ਨੂੰ ਇੱਕੋ ਜਗ੍ਹਾ ਤੇ ਇਕੱਠੇ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਆਪਾਂ ਇਹਨੂੰ ਜਿਹੜੇ ਕਿ ਸਰਵ ਵਿਆਪਕ ਨਿਯਮ ਨਹੀਂ ਬਣ ਸਕਦੇ ਨਹੀਂ ਹੈ ਕਿ ਵੀ ਇੱਕ ਦਾ ਨਿਯਮ ਸਾਰੇ ਤੇ ਲੱਗੂ ਹੋ ਜਾਊਗਾ ਠੀਕ ਹੈ ਜਿਵੇਂ ਕਿ ਸਦਾਰੀ ਕਰਨ ਵਾਲਾ ਗੁਰੂਤਾ ਗਰਸ਼ਨ ਵਾਲਾ ਤਾਂ ਸਾਰੇ ਤੇ ਨਿਯਮ ਲੱਗ ਸਕਦਾ ਬਟ ਇਹ ਇਹਨਾਂ ਤੇ ਨਹੀਂ ਲੱਗਦਾ ਕਿਉਂਕਿ ਹਰ ਇੱਕ ਜਿਹੜੇ ਕਿ ਚੇਂਜਸ ਕਰਕੇ ਪਰਿਕਲਪਨਾ ਕੀ ਹੁੰਦੀਆਂ ਨੇ ਹਾਈਪੋਥੈਸਿਸ ਹਾਈਪੋਥੈਸਿਸ ਤੋਂ ਭਾਵ ਹੈ ਕਿ ਪਰਿਕਲਪਨ ਤੋਂ ਪ੍ਰਭਾਵਿਤ ਜਾਣੇ ਹੋਏ ਤੱਥਾਂ ਦੇ ਵਿੱਚਕਾਰ ਪਾਏ ਗਏ ਸਬੰਧ ਵਲੇ ਕਲਪਨਾ ਕੀਤੇ ਗਏ ਸ਼ਬਦਾਂ ਤੋਂ ਭਾਵ ਕਿ ਜੇ ਆਪਾਂ ਕੋਈ ਸਮੱਸਿਆ ਕਰਨੀ ਹੈ ਸਮੱਸਿਆ ਨੂੰ ਸੋਲਵ ਕਰਨ ਉਹਦੇ ਲਈ ਆਪਾਂ ਕਲਪਨਾ ਦੇ ਤੌਰ ਤੇ ਕੀ ਕੀ ਜਿਹੜੇ ਉਹਦੇ ਹੱਲ ਲੱਭ ਲੈਣੇ ਤਾਂ ਕੀ ਹੋ ਗਿਆ ਪਰਿਕਲਪਨ ਪਰਿਕਲਪਨਾ ਸਮਾਜਿਕ ਰਿਆ ਸੋਸ਼ਲ ਐਕਸ਼ਨ ਸਮਾਜਿਕ ਰਿਆ ਉਹ ਕਿਰਿਆ ਹੁੰਦੀ ਹੈ ਜਿਸ ਦੇ ਵਿੱਚ ਕੰਮ ਕੰਮ ਕਰਨ ਦਾ ਜਾਂ ਸੋਚਣ ਜਾਂ ਮਹਿਸੂਸ ਕਰਨ ਦਾ ਹਰ ਇੱਕ ਦਾ ਤਰੀਕਾ ਸ਼ਾਮਿਲ ਹੁੰਦਾ ਠੀਕ ਹੈ ਹਰ ਇੱਕ ਦਾ ਤਰੀਕਾ ਕੰਮ ਕਰਨ ਦਾ ਸੋਚਣ ਦਾ ਮਹਿਸੂਸ ਕਰਨ ਦਾ ਤਰੀਕਾ ਸ਼ਾਮਿਲ ਹੁੰਦਾ ਤੇ ਜਿਨ੍ਹਾਂ ਦਾ ਸੰਚਾਲਨ ਇੱਕ ਵਸਥਿਤ ਹੁੰਦਾ ਤੇ ਉਹ ਵਿਅਕਤੀਆਂ ਦੀ ਸਮੂਹਿਕਤਾ ਦੇ ਸਾਂਝੇ ਹੁੰਦੇ ਨੇ ਠੀਕ ਹੈ ਤੇ ਇਹਨਾਂ ਦਾ ਪ੍ਰਭਾਵ ਪੂਰੇ ਸਮਾਜ ਪੂਰੇ ਸਮੂਹ ਉੱਪਰ ਪੈਂਦਾ ਅੱਗੇ ਵਿਸ਼ਾ ਖੇਤਰ ਦੇ ਵਿੱਚ ਕਿਹੜੇ-ਕਿਹੜੇ ਨਾਲ ਤੁਹਾਨੂੰ ਸ਼ਾਰਟ ਜਿਹੜੇ ਕਿ ਕੁਐਸਚਨ ਲੌਂਗ ਕੁਐਸਚਨਾਂ ਚੋਂ ਹੈ ਅੱਗੇ ਜਿੰਨੇ ਮਰਜ਼ੀ ਤੁਸੀਂ ਪੁਆਇੰਟ ਲਿਖ ਸਕਦੇ ਏਦੇ ਵਿੱਚ ਫਿਰ ਪਵਿਕਵਾਨੀ ਪਵਿਕਵਾਨ ਇਹ ਵੀ ਲੌਂਗ ਕੁਐਸਚਨ ਜੇ ਤੁਸੀਂ ਪੜੋਗੇ ਉਹਦੇ ਵਿੱਚ ਸਾਰੇ ਕਵਰ ਹੋ ਜਾਣਗੇ ਠੀਕ ਹੈ ਹਾਂਜੀ ਸਮਾਜ ਸ਼ਾਸਤਰ ਇੱਕ ਵਿਗਿਆਨ ਨਹੀਂ ਹੈ ਇਹ ਕਹਿੰਦੇ ਨੇ ਵੀ ਨਹੀਂ ਆ ਉੱਥੇ ਸੀ ਆਪਣਾ ਵੀ ਹੈ ਜਿਹੜੇ ਨਹੀਂ ਹੈ ਉਹ ਕੀ ਕਹਿੰਦੇ ਨੇ ਬਸ ਉਹਨਾਂ ਦੇ ਆਪੋਜੀਟ ਬੋਲ ਦਿੰਦੇ ਨੇ ਉਹ ਸਮਾਜ ਦਾ ਅਸਤਰ ਨੂੰ ਅਸੀਂ ਇੱਕ ਵਿਗਿਆਨ ਨਹੀਂ ਕਹਿ ਸਕਦੇ ਕਿਉਂਕਿ ਇਸ ਦੁਆਰਾ ਦਿੱਤੇ ਸਿਧਾਂਤ ਹਰੇਕ ਸਥਾਨ ਹਰੇਕ ਸਮੇਂ ਦੇ ਵਿੱਚ ਠੀਕ ਨਹੀਂ ਸਿੱਧ ਹੁੰਦੇ ਠੀਕ ਹੈ ਤਾਂ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਹਰੇਕ ਸਮਾਜ ਦੂਜੇ ਸਮਾਜ ਤੋਂ ਕਈ ਪੱਖਾਂ ਤੋਂ ਅਲੱਗ ਹੈ ਤੇ ਅੱਡ-ਅੱਡ ਸਮਾਜਾਂ ਦੇ ਵਿੱਚ ਪਰਿਵਰਤਨ ਵੱਖ-ਵੱਖ ਗਤੀ ਨਾਲ ਆਉਂਦੇ ਨੇ ਜਿਸ ਕਰਕੇ ਆਪਾਂ ਇਹਦੇ ਕੋਈ ਵੀ ਨਿਯਮ ਹੈ ਜਿਹੜੇ ਕਿ ਸਾਰਿਆਂ ਤੇ ਲਾਗੂ ਨਹੀਂ ਕਰ ਸਕਦੇ ਸਮਾਜ ਵਿਗਿਆਨ ਦੇ ਮਹੱਤਵਪੂਰਨ ਪੱਖਾ ਜਿਹੜੇ ਕਿ ਸਮਾਜਿਕ ਸਬੰਧਾਂ ਦਾ ਅਧਿਐਨ ਦੁਆਰਾ ਸਦਾਰੀਕਰਨ ਵੀ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਨਿਯਮਾਂ ਦੀ ਜਿਹੜੀ ਕਿ ਕਮੀ ਹੋਣ ਕਰਕੇ ਆਪਾਂ ਇਹਨੂੰ ਵਿਗਿਆਨ ਨਹੀਂ ਕਹਿ ਸਕਦੇ ਸਮਾਜ ਵਿਗਿਆਨ ਦਾ ਮਹੱਤਵ ਕੀ ਹੈ ਮਹੱਤਵ ਸਿਗਨੀਫਿਕੈਂਸ ਇੰਪੋਰਟੈਂਸ ਠੀਕ ਹੈ ਹਾਂਜੀ ਸਮਾਜ ਸ਼ਾਸਤਰ ਸਾਡੇ ਲਈ ਬਹੁਤ ਮਹੱਤਵਪੂਰਨ ਕਿਉਂਕਿ ਇਹ ਸਾਰੇ ਸਮਾਜ ਦਾ ਵਿਗਿਆਨਿਕ ਰੂਪ ਨਾਲ ਅਧਿਐਨ ਕਰਦਾ ਸਮਾਜ ਸ਼ਾਸਤਰ ਸਾਡੇ ਸਮਾਜ ਦੇ ਵਿੱਚ ਮੌਜੂਦ ਜਿਹੜੇ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਦਾ ਸਮਾਜ ਸ਼ਾਸਤਰ ਜਿਹੜੇ ਕਿ ਵੱਖ-ਵੱਖ ਧਾਰਨਾਵਾਂ ਨੇ ਉਹਨਾਂ ਨੂੰ ਉਹਨਾਂ ਸੰਬੰਧੀ ਜਿਹੜੇ ਕਿ ਆਪਣੀਆਂ ਵਿਆਖਿਆ ਦਿੰਦਾ ਤੇ ਉਹਨਾਂ ਸੰਬੰਧੀ ਜਿਹੜੇ ਗਲਤ ਧਾਰਨਾਵਾਂ ਨੇ ਉਹਨਾਂ ਨੂੰ ਦੂਰ ਕਰਦਾ ਸਮਾਜ ਸ਼ਾਸਤਰ ਸਮਾਜ ਦੇ ਵਿੱਚ ਜਿਹੜਾ ਮੌਜੂਦ ਸਮੱਸਿਆਵਾਂ ਨੇ ਉਹਨਾਂ ਦੇ ਕਾਰਨਾਂ ਬਾਰੇ ਦੱਸਦਾ ਵੀ ਕਿਉਂ ਪੈਦਾ ਹੋਏ ਨੇ ਇਹ ਤੇ ਇਹ ਮਨੁੱਖੀ ਸੰਸਕ੍ਰਿਤੀ ਨੂੰ ਉੱਨਤ ਕਰਨ ਦੇ ਵਿੱਚ ਯਤਨ ਕਰਦਾ ਅੱਗੇ ਹੈ ਉਦੇਸ਼ਤਾ ਉਦੇਸ਼ਤਾ ਕੀ ਹੁੰਦੀ ਹੈ ਆਬਜੈਕਟਿਵਿਟੀ ਆਬਜੈਕਟਿਵਿਟੀ ਵਸਤੂ ਨਿਰਸ਼ਟਤਾ ਠੀਕ ਹੈ ਹਾਂਜੀ ਉਪਦੇਸ਼ਤਾ ਜਾਂ ਵਸਤੂ ਨਿਰਸ਼ਟਤਾ ਜਾਂ ਸਮਾਜ ਸ਼ਾਸਤਰ ਦੇ ਵਿੱਚ ਬਹੁਤ ਦਾ ਬਹੁਤ ਮਹੱਤਵ ਹੈ ਉਦੇਸ਼ਤਾ ਜਾਂ ਵਸਤੂ ਨਿਸ਼ਟਤਾ ਦਾ ਅਰਥ ਹੈ ਜਿਹੜੇ ਕਿ ਬਿਨਾਂ ਪੱਖਪਾਤ ਦੇ ਕੰਮ ਕਰਨਾ ਇਹਦਾ ਅਰਥ ਕੀ ਹੈ ਵੀ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਨਾ ਠੀਕ ਹੈ ਉਹ ਹੁੰਦੀ ਹੈ ਉਦੇਸ਼ਤਾ ਜਾਂ ਵਸਤੂ ਨਿਸ਼ਟਤਾ ਸਮਾਜ ਸ਼ਾਸਤਰੀ ਜਦੋਂ ਕੋਈ ਨਵੀਂ ਖੋਜ ਕਰਦਾ ਤਾਂ ਉਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰੇ ਤੇ ਜਦੋਂ ਉਹੋਂ ਐਵੇਂ ਕਰਦਾ ਤਾਂ ਇਹਨੂੰ ਕੀ ਕਹਿੰਦੇ ਆਪਾਂ ਵਸਤੂ ਨਿਸ਼ਟਤਾ ਕਹਿੰਦੇ ਆ ਮਤਲਬ ਕੀ ਵਸਤੂ ਨਿਸ਼ਟਤਾ ਤੇ ਜਾਂ ਉਦੇਸ਼ਤਾ ਤੋਂ ਕੀ ਭਾਵਾ ਬਿਨਾ ਕਿਸੇ ਪੱਖਪਾਤ ਤੋਂ ਕੰਮ ਕਰਨਾ ਜਦੋਂ ਕੋਈ ਸਮਾਜ ਸ਼ਾਸਤਰੀ ਬਿਨਾ ਕਿਸੇ ਭੇਦ ਭਾਪ ਦੇ ਬਿਨਾ ਕਿਸੇ ਪੱਖਪਾਤ ਦੇ ਕੰਮ ਕਰਦਾ ਤਾਂ ਉਹ ਕੀ ਹੁੰਦਿਆ ਵਸਤੂ ਨਿਸ਼ਟਤਾ ਤੇ ਸਮਾਜਿਕ ਖੋਜ ਦੇ ਵਿੱਚ ਵਸਤੂ ਨਿਸ਼ਟਤਾ ਲਿਆਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਮਾਜ ਸ਼ਾਸਤਰੀ ਕਿਸੇ ਨਾ ਕਿਸੇ ਸਮੂਹ ਦੇ ਮੈਂਬਰ ਹੁੰਦੇ ਨੇ ਜਿਸ ਕਰਕੇ ਉਹਨਾਂ ਸਮੂਹ ਦੇ ਲੋਕਾਂ ਦੇ ਜਿਹੜੇ ਕਿ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੁੰਦੇ ਨੇ ਉਹਨਾਂ ਲੋਕਾਂ ਦੇ ਉਹਨਾਂ ਦੇ ਬਿਹੇਵੀਅਰ ਤੋਂ ਜਿਸ ਕਰਕੇ ਉਹਨਾਂ ਦੇ ਵਿੱਚ ਵਸਤੂ ਨੁਸ਼ਤਾ ਜਿਹੜੇ ਕੀ ਹੁੰਦੀ ਹੈ ਅੱਗੇ ਹੈ ਉਦਯੋਗੀ ਕ੍ਰਾਂਤੀ ਤੇ ਸਮਾਜ ਸ਼ਾਸਤਰ ਹਾਂਜੀ ਉਦਯੋਗੀ ਕ੍ਰਾਂਤੀ ਦੇ ਆਉਣ ਨਾਲ ਜਿਹੜੇ ਸਮਾਜ ਤੇ ਸਮਾਜਿਕ ਸੰਸਥਾਵਾਂ ਵਿੱਚ ਬਹੁਤ ਸਾਰੇ ਚੰਗੇ ਤੇ ਮਾੜੇ ਪਰਿਵਰਤਨ ਆਏ ਤੇ ਉਸ ਸਮੇਂ ਸ਼ਹਿਰ ਉਦਯੋਗ ਸ਼ਹਿਰਾਂ ਦੀਆਂ ਸਮੱਸਿਆਵਾਂ ਆਦ ਜਿਹੜੇ ਕੀ ਵਰਗ ਬਹੁਤ ਮੁੱਦੇ ਸਾਹਮਣੇ ਆਏਗੇ ਇਹਨਾਂ ਮੁੱਦਿਆਂ ਨੇ ਸਮਾਜ ਸ਼ਾਸਤਰ ਦੀ ਨੀ ਰੱਖੀ ਤੇ ਅਗਸਤ ਕਾਮ ਦੇ ਇਮਰਾਈਲ ਦੁਰਖੀਮ Karl Marx Max Weber ਠੀਕ ਹੈ ਇਹਨਾਂ ਸਾਰੇ ਸਮਾਜ ਸ਼ਾਸਤਰੀ ਜਿਹੜੇ ਕਿ ਸਾਹਮਣੇ ਆਏ ਤੇ ਇਹਨਾਂ ਦੇ ਸਿਧਾਂਤਾਂ ਉੱਪਰ ਹੀ ਸਮਾਜ ਸ਼ਾਸਤਰ ਜਿਹੜਾ ਟਿਕਿਆ ਹੋਇਆ ਤੇ ਇਹਨਾਂ ਸਾਰੇ ਸਮਾਜ ਸ਼ਾਸਤਰੀਆਂ ਦੇ ਵਿਚਾਰਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜੋਗੀ ਕ੍ਰਾਂਤੀ ਦੇ ਜਿਹੜੇ ਕੀ ਪ੍ਰਭਾਵ ਛੁਪੇ ਹੋਏ ਸੀ ਤੇ ਇਸ ਤਰ੍ਹਾਂ ਜੋਗੀ ਕ੍ਰਾਂਤੀ ਦੇ ਪ੍ਰਭਾਵਾਂ ਦੇ ਨਾਲ ਸਮਾਜ ਦੇ ਵਿੱਚ ਬਹੁਤ ਸਾਰੇ ਪਰਿਵਰਤਨ ਆਏ ਤੇ ਇਸ ਕਰਕੇ ਸਮਾਜ ਸ਼ਾਸਤਰ ਦੇ ਜਨਮ ਦੇ ਵਿੱਚ ਉਦਯੋਗੀ ਕ੍ਰਾਂਤੀ ਨੇ ਜਿਹੜੇ ਕੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਅੱਗੇ ਅਗਲੇ ਚੈਪਟਰ 'ਚ ਆਪਾਂ ਕਰ ਰਹੇ ਸਮਾਜ ਦੇ ਹੋਰ ਹੋਰ ਵਿਗਿਆਨਾਂ ਨਾਲ ਸੰਬੰਧ ਸਮਾਜ ਸ਼ਾਸਤਰ ਦੇ ਹਾਂਜੀ ਇਹਦੇ ਵਿੱਚੋਂ ਅ ਸੰਬੰਧਾਂ ਦੇ ਵਿੱਚੋਂ ਸਮਾਜਿਕ ਵਿਅਕਤੀ ਪਹਿਲਾਂ ਆਪਾਂ ਇਹ ਰੈਡ ਕਰਦੇ ਆਂ ਕੁਐਸਚਨ ਹਾਂਜੀ ਵਿਅਕਤੀ ਤੇ ਸਮਾਜ ਸਮਾਜਿਕ ਵਿਅਕਤੀ ਦੇ ਵਿੱਚ ਭਿੰਨਤਾ ਪਾਈ ਜਾਂਦੀ ਹੈ ਸਮਾਜਿਕ ਵਿਅਕਤੀ ਜਿਹੜੇ ਕੀ ਉਹ ਹੁੰਦਾ ਜਿਸ ਦੇ ਕੁਝ ਉਦੇਸ਼ ਹੁੰਦੇ ਨੇ ਜਿਨ੍ਹਾਂ ਲਈ ਉਹ ਕਰਿਆਵਾ ਕਰਦਾ ਇਸ ਕਿਰਿਆ ਦੇ ਦੁਆਰਾ ਉਹ ਦੂਸਰੇ ਵਿਅਕਤੀਆਂ ਦੀਆਂ ਕਰਿਆਵਾਂ ਨੂੰ ਜਿਹੜੇ ਕਿ ਪ੍ਰਭਾਵਿਤ ਕਰਦਾ ਇਸ ਪ੍ਰਕਾਰ ਆਪਾਂ ਕਹਿ ਸਕਦੇ ਹਾਂ ਕਿ ਸਮਾਜਿਕ ਵਿਅਕਤੀ ਦੇ ਕੁਝ ਆਦਰਸ਼ ਨਿਯਮ ਵਿਵਹਾਰਿਕ ਪ੍ਰਤੀਮਾਨ ਹੁੰਦੇ ਨੇ ਜਿਸ ਦੇ ਦੁਆਰਾ ਉਹ ਆਪਣੇ ਉਦੇਸ਼ਾਂ ਦੀ ਚੋਣ ਵੀ ਕਰਦਾ ਤੇ ਉਹ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਰਿਆਵਾ ਕਰਦਾ ਅੱਗੇ ਹੈ ਇਤਿਹਾਸ ਹਾਂਜੀ ਇਤਿਹਾਸ ਇਤਿਹਾਸ ਕੀ ਹੈ ਇਤਿਹਾਸ ਮਨੁੱਖੀ ਸਮਾਜ ਦੇ ਬੀਤੇ ਹੋਏ ਸਮੇਂ ਦਾ ਅਧਿਐਨ ਇਤਿਹਾਸ ਕੀ ਹੁੰਦਾ ਵੀ ਜੋ ਬੀਤ ਚੁੱਕਿਆ ਉਸ ਸਮੇਂ ਦੇ ਅਧਿਐਨ ਨੂੰ ਆਪਾਂ ਕੀ ਕਹਿੰਦੇ ਆ ਇਤਿਹਾਸ ਤੇ ਇਹ ਬਿੱਤੇ ਹੋਏ ਸਮੇਂ ਦੀਆਂ ਘਟਨਾਵਾਂ ਅਤੇ ਉਹਨਾਂ ਦੇ ਆਧਾਰ ਤੇ ਸਮਾਜਿਕ ਜ਼ਿੰਦਗੀ ਦੀਆਂ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰਦਾ ਤੇ ਇਸ ਪ੍ਰਕਾਰ ਆਪਾਂ ਕਹਿ ਸਕਦੇ ਕਿ ਇਤਿਹਾਸ ਦੇ ਵਿੱਚ ਕੀ ਸੀ ਕਿਸ ਤਰ੍ਹਾਂ ਨਾਲ ਹੋਇਆ ਇਹ ਇਹ ਦੋਨੋਂ ਸੰਸਥਾਵਾਂ ਦਾ ਜਿਹੜੇ ਕਿ ਅਵਸਥਾਵਾਂ ਦਾ ਇਹਦੇ ਵਿੱਚ ਵਿਸ਼ਲੇਸ਼ਣ ਹੁੰਦਾ ਭਾਵ ਕਿ ਇਤਿਹਾਸ ਦੇ ਵਿੱਚ ਪਹਿਲਾਂ ਕੀ ਸੀ ਕਿਵੇਂ ਹੋਇਆ ਸੀ ਇਹ ਚੀਜ਼ ਇਹ ਚੀਜ਼ਾਂ ਹੁੰਦੀਆਂ ਨੇ ਤੇ ਇਤਿਹਾਸ ਦੇ ਦੁਆਰਾ ਸਾਨੂੰ ਜਿਹੜੇ ਕਿ ਮਨੁੱਖੀ ਇਤਿਹਾਸ ਦੇ ਸਮਾਜਿਕ ਸੰਗਠਨਾ ਨ ਰੀਤੀ ਰਿਵਾਜਾ ਪਰੰਪਰਾਵਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅੱਗੇ ਹੈ ਸਮਾਜ ਅ ਸ਼ਾਸਤਰ ਤੇ ਇਤਿਹਾਸ ਦਾ ਸਬੰਧ ਠੀਕ ਹੈ? ਹਾਂਜੀ ਸਮਾਜ ਵਿਗਿਆਨ ਨੂੰ ਆਧੁਨਿਕ ਸਮਾਜ ਨੂੰ ਸਮਝਣ ਦੇ ਲਈ ਜਿਹੜੇ ਕਿ ਪ੍ਰਾਚੀਨ ਸਮਾਜ ਦਾ ਸਹਾਰਾ ਲੈਣਾ ਪੈਂਦਾ। ਤੇ ਇਤਿਹਾਸ ਤੋਂ ਹੀ ਸਾਨੂੰ ਭਾਵ ਕਿ ਸਮਾਜ ਵਿਗਿਆਨ ਨੂੰ ਜਿਹੜੇ ਕਿ ਆਧੁਨਿਕ ਸਮਾਜ ਨੂੰ ਜਿਹੜੇ ਕੀ ਸਮਝਣ ਦੇ ਲਈ ਜਿਹੜੇ ਕੀ ਇਤਿਹਾਸ ਨੂੰ ਸਟੱਡੀ ਕਰਨਾ ਉਹਦਾ ਸਹਾਰਾ ਲੈਣਾ ਪੈਂਦਾ ਸਟੱਡੀ ਕਰਨਾ ਪੈਂਦਾ ਇਤਿਹਾਸ ਤੋਂ ਸਾਨੂੰ ਪ੍ਰਾਚੀਨ ਸਮਾਜ ਕਿਵੇਂ ਦਾ ਸੀ ਉਹਦੇ ਪ੍ਰਾਚੀਨ ਸਮਾਜ ਦੇ ਜਿਹੜੇ ਸਮਾਜਿਕ ਤੱਤ ਸੀ ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ ਤੁਲਾਤਮਕੀ ਵਿਧੀ ਦਾ ਫਿਰ ਪ੍ਰਯੋਗ ਕਰਕੇ ਇਤਿਹਾਸ ਤੋਂ ਪ੍ਰਾਪਤ ਸਮੱਗਰੀ ਦੀ ਜਿਹੜੀ ਕਿ ਜ਼ਰੂਰਤ ਪੈਂਦੀ ਆ ਭਾਵੇਂ ਕਿ ਜੇ ਤੁਲਾਤਮਕੀ ਵਿਧੀ ਦਾ ਪ੍ਰਯੋਗ ਕਰਨ ਹੋਵੇ ਤਾਂ ਵੀ ਇਤਿਹਾਸ ਤੋਂ ਜਿਹੜੀ ਕਿ ਸਮੱਗਰੀ ਦੀ ਜ਼ਰੂਰਤ ਪੈਂਦੀ ਆ ਵੀ ਇਤਿਹਾਸ ਤੋਂ ਜਿਹੜੇ ਕਿ ਸੋਰਸਸ ਹੁੰਦੇ ਨੇ ਇਕੱਠੇ ਭਾਵੇਂ ਕਿ ਜੇ ਹੁਣ ਆਪਾਂ ਅੱਜ ਦੇ ਸਮੇਂ ਦਾ ਆਪਾਂ ਪਿਛਲੇ ਸਮੇਂ ਨਾਲ ਤੁਲਨਾ ਕਰੀਏ ਤਾਂ ਆਪਾਂ ਨੂੰ ਕੀਦੇ ਤੇ ਡਿਪੈਂਡ ਹੋਣਾ ਪਊਗਾ ਇਤਿਹਾਸ ਤੇ ਠੀਕ ਹੈ ਜਿਸ ਕਰਕੇ ਸਮਾਜ ਵਿਗਿਆਨ ਨੂੰ ਇਸ ਉਤੇ ਧਾਰਿਤ ਹੋਣਾ ਪੈਂਦਾ ਤੇ ਅਲੱਗ-ਅਲੱਗ ਸਮਾਜਿਕ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਭਾਵ ਕਾਰਨ ਪਰਿਵਰਤਨ ਹੁੰਦਾ ਤੇ ਇਸ ਪਰਿਵਰਤਨ ਨੂੰ ਵੀ ਸਮਝਣ ਲਈ ਕੀ ਦੀ ਜਰੂਰਤ ਹੁੰਦੀ ਹੈ ਇਤਿਹਾਸਿਕ ਸਮੱਗਰੀ ਦੀ ਤੇ ਇਤਿਹਾਸਿਕ ਸਮਾਜ ਵਿਗਿਆਨ ਸਮਾਜ ਵਿਗਿਆਨ ਦੀ ਇੱਕ ਜਹੀ ਸ਼ਾਖਾ ਹੈ ਜਿਸ ਦੇ ਦੁਆਰਾ ਸਮਾਜਿਕ ਪ੍ਰਸਥਿਤੀਆਂ ਨੂੰ ਆਪਾਂ ਜਿਹੜੇ ਕੀ ਸਮਝ ਸਕਦੇ ਹਾਂ ਅਗਿਆਨ ਸਮਾਜ ਵਿਗਿਆਨ ਤੇ ਇਤਿਹਾਸ ਦੇ ਵਿੱਚ ਅੰਤਰ ਕੀ ਕੁਛ ਹੈ ਹਾਂਜੀ ਸਮਾਜ ਵਿਗਿਆਨ ਜਿਹੜਾ ਕਿ ਅਮੂਰਤ ਹੈ ਠੀਕ ਹੈ ਜਰਕਿ ਕਿਉਂਕਿ ਇਹ ਸਮਾਜਿਕ ਪ੍ਰਕਿਰਿਆਵਾਂ ਸਬੰਧਾਂ ਦਾ ਧਿਆਨ ਕਰਦਾ ਤੇ ਇਤਿਹਾਸ ਕੀ ਆ ਇਤਿਹਾਸ ਮੂਰਤ ਹੈ ਠੀਕ ਹੈ ਕਿਉਂਕਿ ਇਹ ਘਟਨਾਵਾਂ ਸਮਾਜਿਕ ਪ੍ਰਕਿਰਿਆਵਾਂ ਸਬੰਧਾਂ ਦੇ ਕਾਰਨ ਹੀ ਵਾਪਰਦੀਆਂ ਨੇ ਭਾਵ ਕਿ ਸਮਾਜ ਵਿਗਿਆਨ ਅਮੂਰਤ ਹੈ ਤੇ ਇਤਿਹਾਸ ਕੀ ਆ ਮੂਰਤ ਹੈ ਠੀਕ ਹੈ ਵਿਧੀਆਂ ਦੇ ਵਿੱਚ ਅੰਤਰ ਸਮਾਜ ਵਿਗਿਆਨ ਤੇ ਇਤਿਹਾਸ ਦੇ ਵਿੱਚ ਵੱਖ-ਵੱਖਰੀ ਵਿਧੀਆਂ ਹੁੰਦੀਆਂ ਨੇ ਸਮਾਜ ਵਿਗਿਆਨ ਦੇ ਵਿੱਚ ਜਿੱਥੇ ਤੁਲਾਤਮਕ ਵਿਧੀ ਹੁੰਦੀ ਹੈ ਠੀਕ ਹੈ ਤੇ ਉਥੇ ਇਤਿਹਾਸ ਦੇ ਵਿੱਚ ਕਿਹੜੀ ਵਿਧੀ ਹੁੰਦੀ ਹੈ ਵਿਵਰਨਾਤਮਕ ਭਾਵ ਕਿ ਵਰਣਨ ਕੀਤਾਵਾ ਹੁੰਦੇ ਇਹਦੇ ਵਿੱਚ ਤੇ ਵਿਸ਼ਲੇਸ਼ਣ ਦੇ ਵਿੱਚ ਵੀ ਅੰਤਰ ਆ ਤਾਂ ਸਮਾਜ ਵਿਗਿਆਨ ਦੀ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮੂਹ ਹੁੰਦਾ ਹੈ ਜਦਕਿ ਇਤਿਹਾਸ ਕੀ ਹੈ ਮਨੁੱਖ ਦੇ ਕਾਰਨਾਮਿਆਂ ਦੇ ਅਧਿਐਨਾਂ ਦੇ ਉੱਪਰ ਜ਼ੋਰ ਦਿੰਦਾ ਭਾਵ ਕਿ ਮਨੁੱਖ ਨੇ ਕੀ ਕੀਤਾ ਉਹਦੇ ਨਾਲ ਕੀ ਵਾਪਰਿਆ ਇਤਿਹਾਸ ਦੇ ਵਿੱਚ ਉਹ ਚੀਜ਼ ਹੁੰਦੀ ਹੈ ਦੇਨ ਦੇਨ ਕੀ ਹੈ ਇਤਿਹਾਸ ਦੇ ਵਿੱਚ ਸਮਾਜ ਇਤਿਹਾਸ ਇੱਕ ਨਵੀਂ ਸ਼ਾਖਾ ਦਾ ਵਿਕਾਸ ਸਮਾਜ ਵਿਗਿਆਨ ਦੇ ਕਈ ਸੰਕਲਪ ਵਿਚਾਰਾਂ ਵਿਧੀਆਂ ਇਹਨੂੰ ਆਪਣੇ ਧਿਆਨ ਖੇਤਰ ਦੇ ਵਿੱਚ ਸ਼ਾਮਲ ਕਰਦਾ ਠੀਕ ਹੈ ਮਾਨਵ ਵਿਗਿਆਨ ਨਾਲ ਸੰਬੰਧ ਹਾਂਜੀ ਮਾਨਵ ਵਿਗਿਆਨ ਨਾਲ ਹਾਂਜੀ ਮਾਨਵ ਵਿਗਿਆਨ ਇਹ ਵੀ ਕਾਫੀ ਵਾਰ ਆਇਆ ਹੋਇਆ ਕੁਸ਼ਚਨ ਹੈ ਤੇ ਲੌਂਗ ਕੁਸ਼ਚਨ ਲਈ ਵੀ ਇੰਪੋਰਟੈਂਟ ਹੈ ਇਹ ਹਾਂਜੀ ਮਾਨਵ ਵਿਗਿਆਨ ਦਾ ਅੰਗਰੇਜ਼ੀ ਰੂਪਾਂਤਰਤ ਦੋ ਜਨਾਨੀ ਸ਼ਬਦਾਂ ਦੇ ਮੇਲ ਤੋਂ ਬਣਿਆ ਗ੍ਰੀਕ ਸ਼ਬਦਾਂ ਦੇ ਮੇਲ ਤੋਂ ਬਣਿਆ ਮਾਨਵ ਵਿਗਿਆਨ ਐਂਥਰੋਪਰੋ ਐਂਥਰੋਪਰੋ ਦਾ ਅਰਥ ਹੈ ਮਨੁੱਖ ਤੇ ਐਂਥਰੋਪਲੋਜੀ ਠੀਕ ਹੈ ਪਲੋਜੀ ਦਾ ਅਰਥ ਹੈ ਵਿਗਿਆਨ ਭਾਵ ਕਿ ਮਨੁੱਖ ਦਾ ਵਿਗਿਆਨ ਇਹਦਾ ਵਿਸ਼ਾ ਵਿਸ਼ਾਲ ਹੈ ਇਹਦੇ ਵਿੱਚ ਤਿੰਨ ਭਾਗ ਦੇ ਵਿੱਚ ਵੰਡਿਆ ਜਾਂਦਾ ਸਰੀਰਕ ਮਾਨਵ ਵਿਗਿਆਨ ਫਿਜ਼ੀਕਲ ਮਾਨਵ ਗਿਆਨ ਤੇ ਪੂਰਵ ਇਤਿਹਾਸਿਕ ਪ੍ਰਾਤਵ ਮਾਨਵ ਵਿਗਿਆਨ ਠੀਕ ਹੈ ਪ੍ਰਾਤਵ ਵਿਗਿਆਨ ਜਿਹਦੇ ਵਿੱਚ ਮਨੁੱਖਾਂ ਦੇ ਮੁੱਢਲੇ ਇਤਿਹਾਸ ਦੀ ਖੋਜ ਹੁੰਦੀ ਹੈ ਜਿਹਦਾ ਸਾਨੂੰ ਕੋਈ ਰਿਟਰਨ ਦੇ ਵਿੱਚ ਜਿਹੜੇ ਕਿ ਲਿਖਤੀ ਪਰਮਾਨ ਨਹੀਂ ਮਿਲਦਾ ਖੰਡਰ ਨੇ ਸਮਾਜਿਕ ਤੇ ਸਾਂਸਕ੍ਰਿਤਿਕ ਮਾਨਵ ਵਿਗਿਆਨ ਇਦੇ ਵਿੱਚ ਸੰਪੂਰਨ ਮੂਲਕੀ ਸਮਾਜ ਦਾ ਅਧਿਐਨ ਹੁੰਦਾ ਜਿਦੇ ਵਿੱਚ ਸਮਾਜ ਦੀ ਆਰਥਿਕ, ਆਰਥਿਕ, ਵਸਥਾ, ਰਾਜਨੀਤਿਕ, ਧਰਮ, ਕਲਾ ਦਾ ਹਰ ਵਸਤੂ ਦਾ ਅਧਿਐਨ ਕੀਤਾ ਜਾਂਦਾ। ਤੇ ਆਦਿਮ ਸਮਾਜਾਂ ਦਾ ਅਧਿਐਨ ਕੀਤਾ ਜਾਂਦਾ ਨਾ ਭਾਵ ਕਿ ਪਿੰਡ, ਕਬੀਲੇ, ਟੱਪਰਵਾਸ ਸਮੂਹੇ ਦੇ ਵਿੱਚ। ਇਹਦੇ ਨਾਲ ਦੇਣ ਕੀ ਹੈ ਠੀਕ ਹੈ ਮਾਨਵ ਵਿਗਿਆਨ ਨੂੰ ਆਪਣੀ ਸੰਸਕ੍ਰਿਤੀ ਤੇ ਸਮਾਜਿਕ ਕਰਿਆਵਾਂ ਨੂੰ ਸਮਝਣ ਲਈ ਸਮਾਜਿਕ ਸਮਾਜ ਵਿਗਿਆਨ ਦੀ ਮਦਦ ਲੈਣੀ ਪੈਂਦੀ ਹੈ। ਮਾਨਵ ਵਿਗਿਆਨੀਆਂ ਨੇ ਜਿਹੜੇ ਕਿ ਆਧੁਨਿਕ ਸਮਾਜ ਦੇ ਵਿਗਿਆਨ ਦੇ ਆਧਾਰ ਉੱਤੇ ਕਈ ਪਰਿਕਲਪਨਾਵਾਂ ਬਣਾਈਆਂ ਨੇ। ਪਰਿਕਲਪਨਾਵਾਂ ਬਣਾਈਆਂ ਨੇ। ਤੇ ਇਹਨਾਂ ਦੇ ਆਧਾਰ ਤੇ ਹੀ ਪ੍ਰਚੀਨ ਸਮਾਜ ਦਾ ਅਧਿਐਨ ਜਿਹੜੇ ਕਿ ਜਾਦੇ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਤੇ ਸੰਸਕ੍ਰਿਤੀ ਹਰ ਸਮਾਜ ਦਾ ਇੱਕ ਹਿੱਸਾ ਹੁੰਦੀ ਹੈ ਬਿਨਾ ਸੰਸਕ੍ਰਿਤੀ ਦੇ ਕਿਸੇ ਸਮਾਜ ਬਾਰੇ ਸੋਚ ਵੀ ਨਹੀਂ ਕੀਤਾ ਜਾ ਸਕਦਾ ਠੀਕ ਹੈ ਤੇ ਇਹ ਸਾਰਾ ਗਿਆਨ ਪ੍ਰਾਪਤ ਕਰਨ ਲਈ ਮਾਨਵ ਵਿਗਿਆਨ ਨੂੰ ਸਮਾਜ ਵਿਗਿਆਨ ਉੱਪਰ ਡਿਪੈਂਡ ਹੋਣਾ ਪੈਂਦਾ ਅੱਗੇ ਇਹਨਾਂ ਦੇ ਵਿੱਚ ਅੰਤਰ ਹਾਂਜੀ ਅੰਤਰ ਮਾਨਵ ਵਿਗਿਆਨ ਆਪਣੇ ਆਪ ਨੂੰ ਸਮੱਸਿਆਵਾਂ ਦੇ ਅਧਿਐਨ ਤੱਕ ਹੀ ਸੀਮਤ ਰੱਖਦਾ ਪਰੰਤੂ ਸਮਾਜ ਵਿਗਿਆਨ ਭਵਿੱਖ ਤੱਕ ਵੀ ਪਹੁੰਚ ਰੱਖਦਾ ਤੇ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਨਾਲ ਸੰਬੰਧਿਤ ਹੁੰਦਾ ਜਦਕਿ ਮਾਨਵ ਵਿਗਿਆਨ ਸਮਾਜ ਦੀ ਸੰਪੂਰਤਾ ਨਾਲ ਸੰਬੰਧਿਤ ਹੁੰਦਾ। ਇਸ ਤਰ੍ਹਾਂ ਦੋਨੋਂ ਸਮਾਜ ਵਿਗਿਆਨਾਂ ਦੇ ਅਧਿਐਨ ਖੇਤਰਾਂ ਵਿੱਚ ਅੰਤਰ ਹੈ। ਹਾਂਜੀ ਆਰਥਿਕ ਸੰਸਥਾਵਾਂ ਇਹਨਾਂ ਦੇ ਵਿੱਚ ਆਰਥਿਕ ਸੰਸਥਾਵਾਂ ਨੂੰ ਸਮਾਜਿਕ ਸੰਸਥਾਵਾਂ ਤੋਂ ਆਪਾਂ ਲੱਗ ਨਹੀਂ ਕੀਤਾ ਜਾ ਸਕਦਾ। ਆਰਥਿਕ ਸੰਸਥਾਵਾਂ ਮਨੁੱਖ ਦੇ ਆਰਥਿਕ ਖੇਤਰ ਦਾ ਧਿਆਨ ਕਰਦੀਆਂ ਨੇ। ਇਸ ਦੇ ਵਿੱਚ ਧਨ ਦਾ ਉਤਪਾਦਨ, ਵੰਡ, ਉਪਭੋਗ ਇਹਨਾਂ ਦਾ ਜਿਹੜੇ ਕਿ ਕਿਸ ਢੰਗ ਨਾਲ ਕੀਤਾ ਜਾਂਦਾ ਇਹ ਵਾਲਾ ਹੁੰਦਾ। ਠੀਕ ਹੈ। ਅਰਥ ਵਿਗਿਆਨ ਆਰਥਿਕ ਸਬੰਧਾਂ ਉਹਨਾਂ ਤੋਂ ਪੈਦਾ ਹੋਣ ਵਾਲੇ ਸੰਗਠਨ ਸੰਸਥਾਵਾਂ ਸਮੂਹਾਂ ਦਾ ਅਧਿਐਨ ਹੁੰਦਾ ਹੈ ਅੱਗੇ ਹੈ ਇਹ ਤਾਂ ਫਿਰ ਤੋਂ ਰਪੀਟ ਹੋ ਗਿਆ ਠੀਕ ਹੈ ਕੁਐਸਚਨ ਅ ਇਕਨੋਮਿਕਸ ਦੇ ਨਾਲ ਕੀ ਸਬੰਧ ਨੇ ਅ ਅਰਥ ਸਮਾਜ ਵਿਗਿਆਨ ਦੇ ਜਿਹੜੇ ਕਿ ਅਰਥ ਸ਼ਾਸਤਰ ਨਾਲ ਅਰਥ ਵਿਗਿਆਨ ਨਾਲ ਜਨਰਲ ਦੇ ਦੇਣ ਵਾਲਾ ਕੁਐਸਚਨ ਠੀਕ ਹੈ ਹਾਂਜੀ ਜੀ ਕਿਸੇ ਵੀ ਆਰਥਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਸਾਨੂੰ ਸਮਾਜਿਕ ਤੱਥਾਂ ਦਾ ਵੀ ਸਹਾਰਾ ਲੈਣਾ ਪੈਂਦਾ ਜਿਵੇਂ ਕਿ ਬੇਕਾਰੀ ਦੀ ਸਮੱਸਿਆ ਹੈ ਬੇਰੁਜ਼ਗਾਰੀ ਦੀ ਸਮੱਸਿਆ ਹੈ ਠੀਕ ਹੈ ਇਹਦੇ ਲਈ ਜਿਹੜਾ ਕਿ ਅਰਥਸ਼ਾਸਤਰੀ ਕੇਵਲ ਆਰਥਿਕ ਕਾਰਨਾਂ ਦਾ ਹੀ ਨਹੀਂ ਪਤਾ ਲਗਾ ਸਕਦੇ ਪਰੰਤੂ ਸਮਾਜਿਕ ਪੱਖ ਨੂੰ ਵੀ ਸੁਲਝਾਉਣ ਬਾਰੇ ਵਿਚਾਰ ਦਿੰਦੇ ਨੇ ਠੀਕ ਹੈ ਤਾਂ ਬੇਕਾਰੀ ਦੀ ਸਮੱਸਿਆ ਦਾ ਮੁੱਖ ਕਾਰਨ ਕੀ ਹੁੰਦਾ ਸਮਾਜਿਕ ਕੀਮਤਾਂ ਦੀ ਗਿਰਾਵਟ ਤੇ ਇਸ ਕਰਕੇ ਆਰਥਿਕ ਕਿਰਿਆਵਾਂ ਸਮਾਜਿਕ ਅੰਤਰ ਕਿਰਿਆਵਾਂ ਦਾ ਹੀ ਸਿੱਟਾ ਹੁੰਦੇ ਨੇ ਭਾਵ ਕਿ ਆਰਥਿਕ ਇਕਨੋਮਿਕਲ ਜਿਹੜੇ ਕਿ ਐਕਟੀਵਿਟੀਆਂ ਨੇ ਉਹ ਕਿੰਨਾ ਦੇ ਕਾਰਨ ਹੀ ਹੁੰਦੀਆਂ ਨੇ ਸਮਾਜਿਕ ਐਕਟੀਵਿਟੀਆਂ ਦੇ ਕਾਰਨ ਹੀ ਹੁੰਦੀਆਂ ਨੇ ਇਸ ਲਈ ਸਮਝਣ ਦੇ ਲਈ ਅਰਥ ਵਿਗਿਆਨ ਨੂੰ ਅਰਥ ਸ਼ਾਸਤਰੀਆਂ ਨੂੰ ਠੀਕ ਹੈ ਕਿਹਦਾ ਸਾਰਾ ਲੈਣਾ ਪੈਂਦਾ ਸਮਾਜ ਵਿਗਿਆਨ ਦਾ ਸੋਸ਼ੀਓਲੋਜੀ ਦਾ ਇਹਨਾਂ ਦੀ ਦੇਣ ਕੀ ਹੈ ਤੁਸੀਂ ਇਹਨੂੰ ਇਹਨੂੰ ਵੀ ਰੀਡ ਕਰਨਾ ਦੇਣ ਵਾਲੇ ਕੁਐਸਚਨ ਨੂੰ ਠੀਕ ਹੈ ਅਗਲਾ ਹੈਗਾ ਕੁਐਸਚਨ ਤੁਹਾਡਾ ਇਹਨਾਂ ਦੇ ਵਿੱਚ ਅੰਤਰ ਵਾਲਾ ਵੀ ਹੈ ਠੀਕ ਹੈ ਮਨੋਵਿਗਿਆਨ ਕੀ ਹੈ ਮਨੋਵਿਗਿਆਨ ਮਨੋਵਿਗਿਆਨ ਜਿਹੜੇ ਕਿ ਵਿਅਕਤੀਗਤ ਇੰਡੀਵਿਜੂਅਲ ਵਿਵਹਾਰ ਦਾ ਜਿਹੜੇ ਕਿ ਅਧਿਐਨ ਹੁੰਦਾ ਤੇ ਇਹ ਵਿਅਕਤੀ ਦੇ ਮਾਨਸਿਕ ਰਿਆਵਾ ਉਹਨਾਂ ਦੇ ਵਿਵਹਾਰ ਨੂੰ ਸਮਝਣ ਦੇ ਲਈ ਤੰਤੂ ਗ੍ਰੰਥੀ ਪ੍ਰਣਾਲੀ ਦੁਆਰਾ ਹੀ ਜਿਹੜੇ ਕਿ ਕਰਦਾ ਤੇ ਜਿਹਦੇ ਵਿੱਚ ਜਾਤਾਸ਼ ਬੁੱਧੀ ਯੋਗਤਾਵਾਂ ਹਮਦਰਦੀ ਇਹ ਸਾਰੇ ਹੁੰਦੇ ਨੇ ਸਮਾਜ ਵਿਗਿਆਨ ਤੇ ਮਨੋਵਿਗਿਆਨ ਦੇ ਵਿੱਚ ਸੰਬੰਧ ਸਮਾਜੀ ਘਟਨਾਵਾਂ ਸਲ ਦੇ ਵਿੱਚ ਵਿਅਕਤੀਗਤ ਘਟਨਾਵਾਂ ਨਾਲ ਹੀ ਸਬੰਧਿਤ ਹੁੰਦੇ ਨੇ ਭਾਵੇਂ ਕਿ ਇੰਡੀਵਿਜੂਅਲ ਹੀ ਜਿਹੜੀ ਕਿ ਘਟਨਾਵਾਂ ਹੁੰਦੀਆਂ ਨੇ ਵਿਅਕਤੀਗਤ ਤੌਰ ਤੇ ਉਹਨਾਂ ਨਾਲ ਹੀ ਸਬੰਧਿਤ ਹੁੰਦੀ ਤੇ ਵਿਅਕਤੀ ਦੇ ਬਿਨਾ ਸਮਾਜ ਦਾ ਨਿਰਮਾਣ ਨਹੀਂ ਹੋ ਸਕਦਾ ਪਹਿਲਾਂ ਵਿਅਕਤੀ ਹੋਇਆ ਫਿਰ ਸਮਾਜ ਦਾ ਨਿਰਮਾਣ ਹੋਇਆ ਤੇ ਸਮਾਜ ਤੇ ਵਿਅਕਤੀ ਨੂੰ ਆਪਾਂ ਅਲੱਗ ਨਹੀਂ ਕਰ ਸਕਦੇ ਸਮਾਜ ਦੇ ਵਿੱਚ ਜਿਹੜੇ ਵੀ ਸਮਾਜਿਕ ਸਬੰਧਾਂ ਦਾ ਨਿਰਮਾਣ ਵਿਅਕਤੀਆਂ ਤੋਂ ਮਿਲ ਕੇ ਬਣਦਾ ਜਿਸ ਕਰਕੇ ਜਿਹੜੇ ਕਿ ਇੱਕ ਦੂਜੇ ਨਾਲ ਇਹ ਸੰਬੰਧਿਤ ਨੇ ਤੇ ਭਾਵ ਕਿ ਸਮਾਜ ਦੇ ਮਨੁੱਖ ਸਮਾਜ ਬਿਨਾ ਬਿਨਾ ਸਮਾਜ ਦੇ ਜਿਹੜੇ ਕਿ ਮਨੁੱਖ ਪਸ਼ੂ ਸਮਾਨ ਤੇ ਇਸ ਤਰ੍ਹਾਂ ਇੱਕ ਦੂਜੇ ਨਾਲ ਸੰਬੰਧਿਤ ਨੇ ਠੀਕ ਹੈ ਅੱਗੇ ਹੈਗਾ ਇਹਨਾਂ ਦੇ ਵਿੱਚ ਅੰਤਰ ਮਨੋਵਿਗਿਆਨ ਜਿਹੜਾ ਕਿ ਮਨੁੱਖ ਦੇ ਮਨ ਨਾਲ ਸੰਬੰਧਿਤ ਹੈ ਸਮਾਜ ਵਿਗਿਆਨ ਆ ਜਿਹੜਾ ਕਿ ਸਮੂਹ ਨਾਲ ਸੰਬੰਧਿਤ ਹੈ ਇੱਕ ਤਹੀ ਅੰਤਰ ਹੋ ਗਿਆ ਮਨੋਵਿਗਿਆਨ ਦਾ ਦ੍ਰਿਸ਼ਟੀਕੋਣ ਵਿਅਕਤੀਗਤ ਹੁੰਦਾ ਸਮਾਜ ਵਿਗਿਆਨ ਦਾ ਦ੍ਰਿਸ਼ਟੀਕੋਣ ਸਮਾਜਿਕ ਹੁੰਦਾ ਮਨੋਵਿਗਿਆਨ ਦੇ ਵਿੱਚ ਪ੍ਰਯੋਗਾਤਮਕ ਵਿਧੀ ਹੁੰਦੀ ਹੈ ਸਮਾਜ ਵਿਗਿਆਨ ਦੇ ਵਿੱਚ ਇਤਿਹਾਸਿਕ ਤੇ ਤੁਲਨਾਤਮਕ ਵਿਧੀ ਹੁੰਦੀ ਹੈ ਅੱਗੇ ਦੇਨ ਭਾਵ ਕਿ ਉਹਨਾਂ ਤੇ ਡਿਪੈਂਡ ਰਹਿਣਾ ਪੈਂਦਾ ਰਾਜਨੀਤਿਕ ਵਿਗਿਆਨ ਪੋਲੀਟੀਕਲ ਸਾਇੰਸ ਠੀਕ ਹੈ ਹਾਂਜੀ ਰਾਜਨੀਤਿਕ ਵਿਗਿਆਨ ਰਾਜ ਦੀ ਉਤਪਤੀ ਵਿਕਾਸ ਵਿਸ਼ੇਸ਼ਤਾਵਾਂ ਇਹਨਾਂ ਤੋਂ ਆਇਨਾ ਤੋਂ ਲੈ ਕੇ ਰਾਜ ਇਸ ਗਠਨ ਸਰਕਾਰ ਸ਼ਬਦ ਸਰਕਾਰ ਦੀ ਸ਼ਾਸਕ ਪ੍ਰਣਾਲੀ ਨਾਲ ਸੰਬੰਧਿਤ ਜਿਹੜੀਆਂ ਸੰਭਾਵਾਂ ਨੇ ਸੰਸਥਾਵਾਂ ਨੇ ਉਹਨਾਂ ਦੇ ਕੰਮਾਂ ਦੇ ਅਧਿਐਨ ਤੱਕ ਸੰਬੰਧਿਤ ਹੁੰਦਾ ਰਾਜਨੀਤਿਕ ਵਿਗਿਆਨ ਤੇ ਇਹਨਾਂ ਦੇ ਵਿੱਚ ਅੰਤਰ ਇਹਨੂੰ ਰੀਡ ਕਰ ਲੈਣ ਵੈਸੇ ਕਦੇ ਆਇਆ ਨਹੀਂ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ ਠੀਕ ਹੈ ਜਮ ਇਹਨਾਂ ਦੀ ਦੇਣ ਕੀ ਹੈ ਸੋ ਰਾਜਨੀਤਿਕ ਵਿਗਿਆਨ ਦੇ ਵਿੱਚ ਜਦੋਂ ਵੀ ਕਾਨੂੰਨ ਬਣਾਉਂਦੇ ਨੇ ਤਾਂ ਸਮਾਜਿਕ ਪ੍ਰਸਥਿਤੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕੋਈ ਕਾਨੂੰਨ ਬਣਾਇਆ ਜਾਂਦਾ ਮਤਲਬ ਕਿ ਉਹ ਇਹ ਦੇਖਿਆ ਜਾਂਦਾ ਵੀ ਜਿਹੜਾ ਆਪਾਂ ਕਾਨੂੰਨ ਬਣਾ ਰਹੇ ਹਾਂ ਕਿ ਉਹ ਸਮਾਜ ਦੇ ਵਿੱਚ ਸੂਟੇਬਲ ਰਹੂਗਾ ਸਮਾਜ ਦੇ ਲਈ ਸੂਟੇਬਲ ਹੈ ਜਾਂ ਨਹੀਂ ਠੀਕ ਹੈ ਅੱਗੇ ਇਹਦੇ ਵਿੱਚ ਆਪਾਂ ਸਮਾਜ ਵਾਲੇ ਚੈਪਟਰ ਤੋਂ ਕਰਾਂਗੇ ਕੁਐਸਚਨ ਹੁਣ ਸਮਾਜ ਕੀ ਹੈ ਜਾਂ ਮਨੁੱਖੀ ਸਮਾਜ ਹਿਊਮਨ ਸੋਸਾਇਟੀ ਕੀ ਹੈ ਮਨੁੱਖੀ ਸਮਾਜ ਕੀ ਹੈ ਹਾਂਜੀ ਜਦੋਂ ਸਮਾਜ ਵਿਗਿਆਨੀ ਸਮਾਜ ਸ਼ਬਦ ਦੀ ਵਰਤੋਂ ਕਰਦੇ ਤਾਂ ਇਹਦਾ ਮਤਲਬ ਸਿਰ ਸਿਰਫ ਇਹੀ ਨਹੀਂ ਹੁੰਦਾ ਕਿ ਲੋਕਾਂ ਦੇ ਜੋੜ ਆ ਭਾਵ ਕਿ ਲੋਕਾਂ ਦੀ ਗਿਣਤੀ ਦੇ ਨਾਲ ਹੀ ਨਹੀਂ ਹੈ ਬਲਕਿ ਉਹਨਾਂ ਦਾ ਮਤਲਬ ਸਮਾਜ ਦੇ ਲੋਕਾਂ ਵਿੱਚ ਪਾਏ ਜਾਣ ਵਾਲੇ ਸਬੰਧ ਨੇ ਜਿਹੜੇ ਕਿ ਉਹਨਾਂ ਦੇ ਸਾਰੇ ਜਾਲ ਦਪਾਵ ਕੀ ਇੱਕ ਇੱਕ ਮਨੁੱਖ ਦਾ ਦੂਜੇ ਮਨੁੱਖ ਨਾਲ ਜਿਹੜੇ ਕਿ ਇੱਕ ਲੋਕ ਤਾਂ ਦੂਜੇ ਲੋਕਾਂ ਨਾਲ ਜਿਹੜੇ ਕਿ ਜੁੜੇ ਰਹਿਣਾ ਉਹਨਾਂ ਦਾ ਸਮਾਜ ਦੇ ਵਿੱਚ ਰਹਿਣਾ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਉਹ ਸਾਰੇ ਚੀਜ਼ ਸਬੰਧਿਤ ਹੁੰਦੀ ਹੈ ਸਿਰਫ ਕੁਝ ਲੋਕ ਇਕੱਠੇ ਹੋਣ ਨਾਲ ਹੀ ਸਮਾਜ ਨਹੀਂ ਬਣਦਾ ਸਮਾਜ ਸਿਰਫ ਤਾਂ ਹੀ ਬਣਦਾ ਜਦੋਂ ਸਮਾਜ ਦੇ ਉਹਨਾਂ ਲੋਕਾਂ ਵਿਚਕਾਰ ਅਰਥਪੂਰਨ ਸਬੰਧ ਬਣਦੇ ਨੇ ਠੀਕ ਹੈ ਬਾਕੀ ਤੁਸੀਂ ਇਹਨੂੰ ਰੀਡ ਕਰ ਲੈਣਾ ਕੋਈ ਸਿੰਪਲ ਨਹੀਂ ਇਹਨਾਂ ਟਫ ਨਹੀਂ ਆ ਇਹਨਾਂ ਦੀ ਪਰਿਭਾਸ਼ਾ ਮਜ਼ਾ ਕਰ ਲੈਣੀ ਆ ਵਿਸ਼ੇਸ਼ਤਾਵਾਂ ਵੀ ਇੰਪੋਰਟੈਂਟ ਹੋ ਜਾਂਦੀਆਂ ਨੇ ਸਮਾਜ ਦੀਆਂ ਵਿਸ਼ੇਸ਼ਤਾਵਾਂ ਸਮਾਜ ਸਮਾਜਿਕ ਸੰਸਥਾਵਾਂ ਉੱਤੇ ਧਾਰਿਤ ਹੈ ਸਮਾਜ ਭਿੰਨਤਾਵਾਂ ਤੇ ਅਸਮਾਨਤਾਵਾਂ ਉੱਤੇ ਧਾਰਿਤ ਹੈ ਸਮਾਜ ਦੇ ਵਿਅਕਤੀ ਇੱਕ ਦੂਜੇ ਤੇ ਨਿਰਭਰ ਨੇ ਸਮਾਜ ਅਮੂਰਤ ਹੈ ਕਿਉਂਕਿ ਇਹ ਸਬੰਧਾਂ ਦਾ ਜਾਲ ਹੈ ਸਮਾਜ ਦਾ ਸਭ ਤੋਂ ਮਹੱਤਵਪੂਰਨ ਸਦਾ ਜਨਸੰਖਿਆ ਹੁੰਦੀ ਹੈ ਸਮਾਜ ਦੇ ਵਿੱਚ ਸਹਿਯੋਗ ਤੇ ਸੰਘਰਸ਼ ਜ਼ਰੂਰੀ ਹੁੰਦਾ ਅੱਗੇ ਕਬਾਈਲੀ ਸਮਾਜ অর ਟ੍ਰਾਈਬਲ ਸੋਸਾਇਟੀ ਇਹਨਾਂ ਦੇ ਤੁਸੀਂ ਵਿਸ਼ੇਸ਼ਤਾਈ ਪੜ ਲਓ ਠੀਕ ਹੈ ਉਹੀ ਤੁਹਾਡੇ ਅਗਰ ਕੁਐਸਚਨ ਆ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ ਸਮਾਜ ਹਰ ਇੱਕ ਕਬੀਲੇ ਦਾ ਇੱਕ ਸਾਂਝਾ ਭੰਗੋਲੀ ਖੇਤਰ ਹੁੰਦਾ ਜਿੱਥੇ ਉਹ ਰਹਿੰਦੇ ਨੇ ਕਬੀਲੇ ਦੇ ਸਾਰੇ ਮੈਂਬਰਾਂ ਦੇ ਵਿੱਚ ਇਕਤਾ ਦੀ ਭਾਵਨਾ ਹੁੰਦੀ ਹੈ ਕਬੀਲੇ ਦੇ ਸਾਰੇ ਮੈਂਬਰ ਇੱਕ ਸਾਂਝੀ ਭਾਸ਼ਾ ਬੋਲਦੇ ਨੇ ਕਬੀਲਾ ਇੱਕ ਅੰਤਰ ਵਿਆਹੀ ਸਮੂਹ ਹੁੰਦਾ ਹੈ ਰਕਤ ਸਬੰਧ ਹੁੰਦੇ ਨੇ ਇੱਕ ਸਾਂਝਾ ਨਾਮ ਹੁੰਦਾ ਠਿਕਾਰੀ ਸੰਗਠਨ ਹੁੰਦੇ ਨੇ ਅਗਿਆ ਸਮੁਦਾ ਅਗਿਆ ਸਮੁਦਾਇ ਜਾਂ ਸਮੁਦਾਇ ਦਾ ਅਰਥ ਹਾਂਜੀ ਜਦੋਂ ਕੁਝ ਵਿਅਕਤੀ ਇੱਕ ਸਮੂਹ ਜਾਂ ਇੱਕ ਵਿਸ਼ੇਸ਼ ਇਲਾਕੇ ਦੇ ਰੂਪ ਦੇ ਵਿੱਚ ਇਕੱਠੇ ਹੁੰਦੇ ਨੇ ਤਾਂ ਸਿਰਫ ਉਹ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਹੀ ਨਹੀਂ ਬਲਕਿ ਆਪਣਾ ਜੀਵਨ ਵੀ ਉੱਥੇ ਬਤਾਉਂਦੇ ਨੇ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਸਮੁਦਾਇ ਭਾਵ ਕਿ ਜਦੋਂ ਇੱਕ ਸਮੂਹ ਵਿੱਚ ਜਦੋਂ ਕੁਝ ਵਿਅਕਤੀ ਇੱਕ ਸਮੂਹ ਦੇ ਵਿੱਚ ਇੱਕ ਕੋ ਕੋ ਇੱਕ ਖਾਸ ਇਲਾਕੇ ਦੇ ਵਿੱਚ ਜਾਂ ਇੱਕ ਵਿਸ਼ੇਸ਼ ਇਲਾਕੇ ਦੇ ਰੂਪ ਵਿੱਚ ਸੰਗਠਿਤ ਰੂਪ ਨਾਲ ਰਹਿੰਦੇ ਨੇ ਭਾਵ ਕਿ ਇਕੱਠੇ ਹੋ ਕੇ ਰਹਿੰਦੇ ਨੇ ਕੋਈ ਇੱਕ ਸਮੂਹ ਕਿਸੇ ਇੱਕ ਇਲਾਕੇ ਦੇ ਵਿੱਚ ਇਕੱਠੇ ਹੋ ਕੇ ਰਹਿੰਦੇ ਨੇ ਤਾਂ ਆਪਣੇ ਉਦੇਸ਼ਾਂ ਦੀ ਪੂਰਤੀ ਕਰਦੇ ਨੇ ਤੇ ਉੱਥੇ ਆਪਣਾ ਜਿਹੜੀ ਕਿ ਜੀਵਨ ਉਤਪੀੜ ਕਰਦੇ ਨੇ ਦੋਨੋਂ ਆਪਾਂ ਕੀ ਕਹਿੰਦੇ ਹਾਂ ਸਮੁਦਾਇ ਤੇ ਇਹ ਇੱਕ ਮੂਰਤ ਸੰਕਲਪ ਹੈ ਸਮੁਦਾਇ ਦੀ ਸਥਾਪਨਾ ਜਾਣ ਬੁੱਝ ਕੇ ਨਹੀਂ ਕੀਤੀ ਜਾਂਦੀ ਇਹ ਤਾਂ ਜਿਹੜੇ ਕਿ ਇਹਦਾ ਵਿਕਾਸ ਆਪਣੇ ਆਪ ਹੋ ਜਾਂਦਾ ਭਾਵ ਕਿ ਜਿਵੇਂ ਸਪੋਜ਼ ਕਿਸੇ ਨੇ ਪਿੰਡ ਤੋਂ ਬਾਹਰ ਘਰ ਪਾਇਆ ਤਾਂ ਉੱਥੇ ਇੱਕ ਘਰਾਂ ਕੱਲ ਨੂੰ ਦੋ ਹੋ ਜਾਣਗੇ ਤਿੰਨ ਹੋ ਜਾਣਗੇ ਅੱਗੇ ਅੱਗੇ ਵੀ ਵੱਧਦੇ ਜਾਂਦੇ ਨੇ ਠੀਕ ਆਪਣੇ ਆਪ ਉਹਦਾ ਵਿਕਾਸ ਹੁੰਦਾ ਕੋਈ ਜਾਣ ਬੁੱਝ ਕੇ ਨਹੀਂ ਹੁੰਦਾ ਤੇ ਜਦੋਂ ਇਲਾਕੇ ਸਮਾਜ ਦੇ ਵਿੱਚ ਜਦੋਂ ਲੋਕ ਇਲਾਕੇ ਦੇ ਵਿੱਚ ਰਹਿੰਦੇ ਨੇ ਤਾਂ ਸਮਾਜਿਕ ਪ੍ਰਿਕਰਮਾ ਕਰਦੇ ਨੇ ਤੇ ਆਪਣੇ ਆਪ ਦੇ ਵਿੱਚ ਵਿਕਸਿਤ ਹੋ ਜਾਂਦਾ ਹੈ ਸਮੁਦਾਇ ਤੇ ਸਮੁਦਾਇ ਦਾ ਆਪਣਾ ਇੱਕ ਭੰਗੋਲੀ ਖੇਤਰ ਹੁੰਦਾ ਹੈ ਜਿੱਥੇ ਮੈਂਬਰ ਆਪਣੀ ਜ਼ਰੂਰਤਾਂ ਪੂਰੀਆਂ ਕਰਦੇ ਨੇ ਠੀਕ ਹੈ ਤੇ ਉਹ ਉਹ ਆਪਸ ਦੇ ਵਿੱਚ ਆਪਣੀ ਜ਼ਰੂਰਤਾਂ ਪੂਰੀਆਂ ਕਰਦੇ ਜਦੋਂ ਉਹ ਆਪਣੀ ਜ਼ਰੂਰਤਾਂ ਪੂਰੀਆਂ ਕਰਦੇ ਤਾਂ ਉਹਨਾਂ ਦੇ ਵਿੱਚ ਆਪਸੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ ਇਹਨਾਂ ਦੀ ਪਰਿਭਾਸ਼ਾ ਕਰਨੀ ਹੈ ਹਰ ਇੱਕ ਦੀ ਵੀ ਪਰਿਭਾਸ਼ਾ ਕਰਨੀ ਹੈ ਸਮੁਦਾਇ ਦੇ ਵਿਸ਼ੇਸ਼ਤਾਵਾਂ ਵਾਲਾ ਵੀ ਲੌਂਗ ਕੁਐਸਚਨ ਕਾਫੀ ਵਾਰ ਰਿਪੀਟ ਹੋਇਆ ਹੋ ਸਮੁਦਾਇ ਵਿੱਚ ਅਸੀਂ ਨਹੀਂ ਭਾਵਨਾ ਹੁੰਦੀ ਆ ਭਾਵ ਕਿ ਆਪੇ ਦੀ ਭਾਵਨਾ ਹੁੰਦੀ ਹੈ ਸਮੁਦਾਇ ਦੇ ਮੈਂਬਰਾਂ ਕੋਲ ਰੋਲ ਭਾਵਨਾ ਹੁੰਦੀ ਹੈ ਸਮੁਦਾਇ ਦੇ ਮੈਂਬਰ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਦੂਜੇ ਤੇ ਡਿਪੈਂਡ ਹੁੰਦੇ ਨੇ ਸਮੁਦਾਇ ਵਿੱਚ ਸਥਿਰਤਾ ਹੁੰਦੀ ਹੈ ਮੈਂਬਰ ਸਥਾਈ ਨਹੀਂ ਬਲਕਿ ਸਥਾਈ ਹੁੰਦੇ ਨੇ ਸਮੁਦਾਇ ਦੇ ਲੋਕ ਸਮੁਦਾਇ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ ਹਰ ਇੱਕ ਸਮੁਦਾਇ ਦਾ ਆਪਣਾ ਪੋਂਗੋਲੀ ਖੇਤਰ ਹੁੰਦਾ ਤੇ ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ ਇਹ ਤਾਂ ਆਪਣੇ ਆਪ ਹੀ ਜਿਹੜੇ ਕੀ ਪੈਦਾ ਹੋ ਜਾਂਦਾ ਸਭਾ ਕੀ ਹੁੰਦੀ ਹੈ ਹਾਂਜੀ ਇਹ ਵੀ ਬਹੁਤ ਵਾਰ ਆਇਆ ਹੋਇਆ ਸ਼ਾਰਟ ਕੁਐਸਚਨਾਂ ਦੇ ਵਿੱਚ ਸਭਾ ਜਾਂ ਸਭਾ ਦੀ ਪਰਿਭਾਸ਼ਾ ਸਭਾ ਜਿਹੜੇ ਕੀ ਤੁਹਾਨੂੰ ਕੁਐਸਚਨ ਖੁੱਲਾ ਆਉਂਦਾ ਹੁੰਦਾ ਹੁੰਦਾ ਜਿਹਦੇ ਵਿੱਚ ਤੁਸੀਂ ਇਹਦੀ ਪਰਿਭਾਸ਼ਾ ਵੀ ਦੇ ਸਕਦੇ ਹੋ ਨੀ ਉਹਦੇ ਵਿਸ਼ੇਸ਼ਤਾਵਾਂ ਵੀ ਦੇ ਸਕਦੇ ਹੋ ਉਹਨੂੰ ਸ਼ਾਰਟ ਦੇ ਵਿੱਚ ਠੀਕ ਹੈ ਸਭਾ ਸਹਿਯੋਗ ਉੱਤੇ ਆਧਾਰਿਤ ਹੁੰਦੀ ਹੈ ਐਸੋਸੀਏਸ਼ਨ ਤੇ ਸੋਸ਼ੀਓਲੋਜੀ ਦੇ ਵਿੱਚ ਇੰਗਲਿਸ਼ ਵਰਡ ਜਰੂਰ ਦੇਖਿਆ ਕਰੋ ਕਿਉਂਕਿ ਕਈ ਵਾਰ ਇੰਗਲਿਸ਼ ਵਰਡ ਤੋਂ ਹੀ ਕੁਐਸਚਨ ਬਣ ਕੇ ਆ ਜਾਂਦਾ ਹੁੰਦਾ ਐਸੋਸੀਏਸ਼ਨ ਸਭਾ ਸਹਿਯੋਗ ਉੱਤੇ ਆਧਾਰਿਤ ਹੁੰਦੀ ਹੈ ਜਦੋਂ ਕੁਝ ਲੋਕ ਕਿਸੇ ਵਿਸ਼ੇਸ਼ ਉਦੇਸ਼ਾਂ ਦੀ ਪ੍ਰਾਪਤੀ ਲਈ ਆਪਸ ਦੇ ਵਿੱਚ ਸਹਿਯੋਗ ਕਰਦੇ ਨੇ ਸੰਗਠਨ ਬਣਾਉਂਦੇ ਨੇ ਭਾਵ ਕਿ ਸਭਾ ਸਹਿਯੋਗ ਉੱਤੇ ਨਿਰਭਰ ਕਰਦੀ ਆ ਠੀਕ ਹੈ ਜਦੋਂ ਕੋਈ ਕੁਝ ਲੋਕ ਕੋਈ ਵਿਸ਼ੇਸ਼ ਉਦੇਸ਼ਾਂ ਦੀ ਪ੍ਰਾਪਤੀ ਲਈ ਆਪਸ ਦੇ ਵਿੱਚ ਸਹਿਯੋਗ ਕਰਦੇ ਨੇ ਠੀਕ ਹੈ ਤੇ ਇਕੱਠੇ ਹੁੰਦੇ ਨੇ ਸੰਗਠਿਤ ਬਣਾਉਂ ਸੰਗਠਨ ਬਣਾਉਂਦੇ ਨੇ ਤਾਂ ਇਸ ਸੰਗਠਿਤ ਕੋਈ ਸੰਗਠਨ ਨੂੰ ਆਪਾਂ ਕੀ ਕਹਾਂਗੇ ਸਭਾ ਤੇ ਆਪਾਂ ਕਹਿ ਸਕਦੇ ਆ ਕਿ ਵੀ ਵਿਸ਼ੇਸ਼ ਉਦੇਸ਼ਾਂ ਲਈ ਬਣਾਏ ਗਏ ਸੰਗਠਨ ਨੂੰ ਸਭਾ ਕਿਹਾ ਜਾਂਦਾ ਹੈ ਇਸ ਸਭਾ ਦੇ ਕੋਈ ਨਿਸ਼ਚਿਤ ਉਦੇਸ਼ ਹੁੰਦਾ ਜਿਹਦੀ ਪ੍ਰਾਪਤੀ ਲਈ ਜਿਹੜੇ ਕਿ ਉਹ ਇਕੱਠੇ ਹੁੰਦੇ ਨੇ ਜਿਸ ਦੀ ਪੂਰਤੀ ਤੋਂ ਬਾਅਦ ਇਹਨੂੰ ਛੱਡਿਆ ਜਾ ਸਕਦਾ ਹੈ ਅਗਰੀ ਪਰਿਭਾਸ਼ਾ ਕਰਨੀ ਹੈ ਕਿਸੇ ਵੀ ਰਾਈਟਰ ਦੇ ਦੁਆਰਾ ਇਹਦਾ ਦੇ ਵਿਸ਼ੇਸ਼ਤਾਵਾਂ ਸਭਾ ਵਿਅਕਤੀ ਦਾ ਸਮੂਹ ਹੁੰਦਾ ਹੈ ਸਭਾ ਦੀ ਸਥਾਪਨਾ ਕਿਸੇ ਵਿਦੇਸ਼ ਵਿਸ਼ੇਸ਼ ਮਹੱਤਵਪੂਰਨ ਕੀ ਉਦੇਸ਼ ਦੀ ਪੂਰਤੀ ਲਈ ਸੋਚ ਸਮਝ ਕੇ ਕੀਤੀ ਜਾਂਦੀ ਹੈ ਸਭਾ ਦੇ ਨਿਸ਼ਚਿਤ ਉਦੇਸ਼ ਹੁੰਦੇ ਨੇ ਸਭਾ ਦਾ ਜਨਮ ਤੇ ਵਿਨਾਸ਼ ਹੁੰਦਾ ਭਾਵ ਕਿ ਜਦੋਂ ਉਦੇਸ਼ ਕੰਪਲੀਟ ਹੋ ਜਾਂਦਾ ਫਿਰ ਉਹ ਸਭਾ ਜਿਹੜੇ ਕਿ ਉਸ ਸਮੇਂ ਦੀ ਸਭਾ ਉਹ ਖਤਮ ਹੋ ਜਾਂਦੀ ਹੈ ਫਿਰ ਅੱਗੇ ਹੋਰ ਚੱਲ ਪੈਂਦੀ ਹੈ ਸਭਾ ਦੀ ਮੈਂਬਰਸ਼ਿਪ ਵਿਅਕਤੀ ਦੀ ਇੱਛਾ ਤੇ ਅਧਾਰਿਤ ਹੁੰਦੀ ਹੈ ਕੋਈ ਵੀ ਸ਼ਾਮਲ ਹੋ ਸਕਦਾ ਇੱਛਾ ਤੇ ਡਿਪੈਂਡ ਕਰਦਾ ਸਭਾ ਦੀ ਮੈਂਬਰਸ਼ਿਪ ਰਸਮੀ ਰਸਮੀ ਹੁੰਦੀ ਹੈ ਹਰੇਕ ਸਭਾ ਆਪਣੇ ਕੁਝ ਅਧਿਕਾਰੀਆਂ ਦੀ ਚੋਣ ਕਰਦੀ ਹੈ ਹਰ ਇੱਕ ਸਭਾ ਦੇ ਕੁਝ ਨਿਸ਼ਚਿਤ ਉਦੇਸ਼ ਹੁੰਦੇ ਨੇ ਸਭਾ ਦਾ ਜਨਮ ਸਹਿਯੋਗ ਦੀ ਭਾਵਨਾ ਤੇ ਹੁੰਦਾ ਹੈ ਅੱਗੇ ਹੈ ਵਿਅਕਤੀ ਅਤੇ ਸਮਾਜ ਦੇ ਵਿੱਚ ਸੰਬੰਧ ਹਾਂਜੀ ਇਹਦੇ ਵਿੱਚ ਵਿਅਕਤੀ ਤੇ ਸਮਾਜ ਦੇ ਵਿੱਚ ਸੰਬੰਧ ਗ੍ਰੀਕ ਫਿਲਾਸਫਰ ਜਿਹੜਾ ਅਰਸਟੋਸੀ ਉਹਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਦਾ ਅਰਥ ਇਹ ਹੈ ਕਿ ਮਨੁੱਖ ਸਮਾਜ ਦੇ ਵਿੱਚ ਰਹਿੰਦਾ ਤੇ ਸਮਾਜ ਤੋਂ ਬਿਨਾ ਮਨੁੱਖ ਦੀ ਕੋਈ ਕੀਮਤ ਨਹੀਂ ਵੀ ਜੇ ਮਨੁੱਖ ਸਮਾਜ ਦੇ ਵਿੱਚ ਨਹੀਂ ਰਹੂਗਾ ਜੰਗਲਾਂ ਵਿੱਚ ਰਹੂਗਾ ਤਾਂ ਉਹਦੀ ਕੋਈ ਕੀਮਤ ਨਹੀਂ ਸਮਾਜ ਦੇ ਵਿੱਚ ਹੀ ਰਹਿ ਕੇ ਮਨੁੱਖ ਦੀ ਕੀਮਤ ਹੈ ਤੇ ਉਹ ਮਨੁੱਖ ਜਿਹੜਾ ਹੋਰ ਮਨੁੱਖਾਂ ਨਾਲ ਮਿਲ ਕੇ ਸਾਂਝਾ ਜੀਵਨ ਨਹੀਂ ਬਤੀਤ ਕਰਦਾ ਉਹ ਮਨੁੱਖਤਾ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਹੁੰਦਾ ਤੇ ਮਨੁੱਖ ਨੂੰ ਲੰਬਾ ਜੀਵਨ ਜਿਉਣ ਦੇ ਲਈ ਆਪਣੀਆਂ ਬਹੁਤ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਲਈ ਹੋਰਾਂ ਮਨੁੱਖਾਂ ਤੇ ਡਿਪੈਂਡ ਰਹਿਣਾ ਪੈਂਦਾ ਦੂਰ ਆਪਣੀ ਸੁਰੱਖਿਆ ਭੋਜਨ ਸਿੱਖਿਆ ਸਾਜ ਸਮਾਜਤਿਕ ਇਹੋ ਪ੍ਰਕਾਰ ਦੇ ਸਵਾਂਵਲੇ ਹੋਰਾਂ ਉੱਤੇ ਨਿਰਭਰ ਪੈਣਾ ਪੈਂਦਾ ਤੇ ਉਹ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਤੇ ਇਹਦੇ ਨਾਲ ਹੀ ਸਮਾਜ ਦੇ ਵੀ ਵਿਅਕਤੀ ਤੋਂ ਬਿਨਾ ਹੋਣ ਦੇ ਵਿੱਚ ਨਹੀਂ ਆ ਸਕਦਾ ਇਸ ਤਰ੍ਹਾਂ ਦੋਵੇਂ ਇੱਕ ਦੂਜੇ ਦੇ ਪੂਰਕ ਨੇ ਦੋਨੇ ਇੱਕ ਦੂਜੇ ਦੇ ਕੁਝ ਵੀ ਨਹੀਂ ਨੇ ਅੱਗੇ ਹੈ ਸੋਸ਼ਲ ਕੰਟਰੈਕਟ ਥਿਉਰੀ ਠੀਕ ਆ ਸਮਾਜਿਕ ਸਮਵਾਦ ਸਿਧਾਂਤ ਸੋਸ਼ਲ ਕੰਟਰੈਕਟ ਸਥਿਰੀ ਸਮਾਜਿਕ ਸਮਝੌਤੇ ਦੇ ਸਿਧਾਂਤ ਦੇ ਸਮਰਥਕਾਂ ਦੇ ਅਨੁਸਾਰ ਮਨੁੱਖ ਦੀ ਆਦਤ ਜਿਹੜੀ ਕਿ ਲੜਾਈ ਕਰਨ ਦੀ ਨਹੀਂ ਸੀ ਤੇ ਇਸ ਲਈ ਲੜਾਈ ਤੋਂ ਬਚਣ ਲਈ ਉਹਨੇ ਸ਼ਾਂਤੀ ਆਪਸੀ ਸਹਿਯੋਗ ਦੀ ਖੋਜ ਕੀਤੀ ਭਾਵ ਕਿ ਮਨੁੱਖ ਦਾ ਸੁਭਾਅ ਸ਼ੁਰੂ ਤੋਂ ਹੀ ਜਿਹੜੇ ਕਿ ਮਨੁੱਖ ਦੀ ਆਦਤ ਵੀ ਲੜਨ ਦੀ ਨਹੀਂ ਸੀ ਤੇ ਉਹ ਲੜਨ ਤੋਂ ਬਚਣ ਦੇ ਲਈ ਸ਼ਾਂਤੀ ਤੇ ਸਹਿਯੋਗ ਦੀ ਉਹਨੇ ਖੋਜ ਕੀਤੀ ਤੇ ਉਹਦੀ ਲੜਨ ਦੀ ਆਦਤ ਜੇਕਰ ਸੀ ਤਾਂ ਇਦਾ ਇੱਕੋ ਇੱਕ ਕਾਰਨ ਇਹ ਸੀ ਕਿ ਕੋਈ ਸੰਗਠਿਤ ਕਾਨੂੰਨ ਵਿਵਸਥਾ ਤੇ ਨਿਆ ਨਹੀਂ ਸੀ ਤੇ ਇਸ ਕਮੀ ਨੂੰ ਦੂਰ ਕਰਨ ਲਈ ਤੇ ਮਨੁੱਖ ਦੀ ਆਜ਼ਾਦੀ ਲਈ ਉਹ ਸਮਝੌਤੇ ਦੇ ਵਿੱਚ ਦਾਖਲ ਹੋਇਆ ਤੇ ਜਿਸ ਦੇ ਵਿੱਚ ਸਮਾਜ ਨੂੰ ਕੁਝ ਸ਼ਕਤੀਆਂ ਦਿੱਤੀਆਂ ਗਈਆਂ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਸਮਾਜਿਕ ਸਮਝੌਤੇ ਦਾ ਸਿਧਾਂਤ ਵੀ ਸਮਾਜ ਦੇ ਵਿੱਚ ਕੁਝ ਸਮਝੌਤਾ ਹੋਇਆ ਜਿਹਦੇ ਵਿੱਚ ਕੁਝ ਉਹਨਾਂ ਤੇ ਰੋਕਾਂ ਲਗਾਈਆਂ ਗਈਆਂ ਠੀਕ ਹੈ ਉਹਨੂੰ ਕਿਹਾ ਜਾਂਦਾ ਤੇ ਇਹਦੇ ਸਮਰਥਕ ਸੀ ਹੌਬਸ ਜੌਨ ਲੋਕ ਜੇ ਜੇ ਐਸ ਠੀਕ ਹੈ ਜ ਰੂਸੋ ਆਦਿ ਸਮੂਹ ਤੇ ਸਮਾਜ ਦੇ ਵਿੱਚ ਅੰਤਰ ਜਿਹੜਾ ਕਿ ਸਮਾਜ ਸਮੂਹ ਦਾ ਆਕਾਰ ਛੋਟਾ ਹੁੰਦਾ ਪਰ ਸਮਾਜ ਦਾ ਆਕਾਰ ਵੱਡਾ ਹੁੰਦਾ ਸਮਾਜਿਕ ਸਮਾਜ ਦਾ ਆਕਾਰ ਵੱਡਾ ਹੋਗਾ ਸਮੂਹ ਨੂੰ ਗਰੁੱਪੋਂ ਛੋਟਾ ਹੁੰਦਾ ਤੇ ਸਮਾਜ ਸਮਾਜਿਕ ਸਬੰਧਾਂ ਦਾ ਇੱਕ ਜਾਲ ਹੈ ਜਦੋਂ ਕਿ ਸਮੂਹ ਵਿਅਕਤੀ ਦੁਆਰਾ ਵਿਅਕਤੀ ਦੇ ਵਿਚਾਰ ਹੋਣ ਵਾਲੇ ਸਿਰਫ ਅੰਤਰ ਕਿਰਿਆਵਾਂ ਨੇ ਤੇ ਬਹੁਤ ਸਾਰੇ ਸਮੂਹ ਹਨ ਜੋ ਜਾਣ ਬੁੱਝ ਕੇ ਬਣਾਏ ਜਾਂਦੇ ਹਨ ਜਦਕਿ ਸਮਾਜ ਆਪਣੇ ਆਪ ਵਿੱਚ ਵਿਕਸਿਤ ਹੁੰਦਾ ਹੈ ਵਿਅਕਤੀ ਸਮੂਹ ਦੀ ਮੈਂਬਰਸ਼ਿਪ ਆਪਣੀ ਮਰਜ਼ੀ ਨਾਲ ਲੈ ਸਕਦੇ ਨੇ ਛੱਡ ਸਕਦੇ ਨੇ ਪਰ ਵਿਅਕਤੀ ਹਮੇਸ਼ਾ ਕਿਸੇ ਨਾ ਕਿਸੇ ਸਮਾਜ ਦੇ ਵਿੱਚ ਰਹਿੰਦਾ ਤੇ ਉਹਦਾ ਮੈਂਬਰ ਜ਼ਰੂਰ ਹੁੰਦਾ ਤੇ ਸਮਾਜ ਦੇ ਵਿੱਚ ਸਹਿਯੋਗ ਤੇ ਸੰਘਰਸ਼ ਦੋਵੇਂ ਜ਼ਰੂਰੀ ਨੇ ਪਰ ਸਮੂਹ ਦੇ ਵਿੱਚ ਸਿਰਫ ਸਹਿਯੋਗ ਨਾਲ ਹੀ ਚੱਲਦਾ ਕਿਉਂਕਿ ਨਹੀਂ ਚੈਪਟਰ ਹੈ ਸੰਸਕ੍ਰਿਤੀ ਜਾਂ ਸੱਭਿਆਚਾਰ ਹਾਂਜੀ ਸੰਸਕ੍ਰਿਤੀ ਕੀ ਹੈ ਸੰਸਕ੍ਰਿਤੀ ਮਨੁੱਖੀ ਸਮਾਜ ਦੀ ਵਿਸ਼ੇਸ਼ਤਾ ਜਿਹੜੀ ਮਨੁੱਖੀ ਸਮਾਜ ਨੂੰ ਪਸ਼ੂ ਸਮਾਜ ਦੇ ਨਾਲੋਂ ਅਲੱਗ ਕਰਦੀ ਹੈ ਤੇ ਵਿਅਕਤੀ ਨੂੰ ਸਮਾਜਿਕ ਵਿਅਕਤੀ ਅ ਵਿਅਕਤੀ ਨੂੰ ਸਮਾਜਿਕ ਵਿਅਕਤੀ ਵੀ ਸੰਸਕ੍ਰਿਤੀ ਦੇ ਦੁਆਰਾ ਹੀ ਬਣਾਇਆ ਜਾ ਸਕਦਾ ਤੇ ਹਰ ਇੱਕ ਵਿਅਕਤੀ ਨੂੰ ਭਾਵ ਕਿ ਸੰਸਕ੍ਰਿਤੀ ਮੀਨਸ ਕਲਚਰ ਦੂਸਰੇ ਵਿਅਕਤੀ ਨਾਲੋਂ ਇੱਕ ਸਮੂਹ ਜਾਂ ਦੂਸ ਇੱਕ ਸਮੁਦਾਇ ਸਮੁਦਾਇ ਨੂੰ ਦੂਸਰੇ ਸਮੁਦਾਇ ਨਾਲੋਂ ਵੱਖ ਵੀ ਕੀਤਾ ਜਾ ਸਕਦਾ ਸੰਸਕ੍ਰਿਤੀ ਵਿੱਚ ਕੀ ਕੀ ਸ਼ਾਮਲ ਹੁੰਦਾ ਰੀਤੀ ਰਿਵਾਜ ਕਾਨੂੰਨ ਪਹਿਰਾਵਾ ਸੰਗੀਤ ਭਾਸ਼ਾ ਸਾਹਿਤ ਗਿਆਨ ਵਿਗਿਆਨ ਭਾਵ ਕਿ ਕਿਸੇ ਜਿਹੜਾ ਸਮਾਜ ਦੇ ਵਿੱਚ ਰਹਿਣ ਵਾਲੇ ਉਹ ਜਿਹੜਾ ਰੀਤੀ ਰਿਵਾਜ ਕਾਨੂੰਨ ਪਹਿਰਾਵਾ ਸੰਗੀਤ ਭਾਸ਼ਾ ਗਿਆਨ ਅਦਰਸ਼ ਲੋਕਾਚਾਰ ਲੋਕ ਰੀਤਾਂ ਇਹ ਸਾਰਾ ਕੀ ਹੁੰਦਾ ਸੰਸਕ੍ਰਿਤੀ ਹੁੰਦੀ ਹੈ ਕਲਚਰ ਸੱਭਿਆਚਾਰ ਠੀਕ ਹੈ ਸੱਭਿਆਚਾਰ ਕਿ ਹੈ ਕਿ ਸੰਸਕ੍ਰਿਤੀ ਸੰਸਕ੍ਰਿਤੀ ਮੀਨ ਸੱਭਿਆਚਾਰ ਅਮੂਰਤ ਹੈ ਸੰਸਕ੍ਰਿਤੀ ਮੂਰਤ ਵੀ ਹੁੰਦੀ ਹੈ ਤੇ ਅਮੂਰਤ ਵੀ ਜਦੋਂ ਅਸੀਂ ਕਿਸੇ ਭੌਤਿਕ ਜਿਵੇਂ ਕੁਰਸੀ ਮਕਾਨ ਸਕੂਟਰ ਬਾਰੇ ਗੱਲ ਕਰਦੇ ਆ ਵਸਤੂ ਬਾਰੇ ਗੱਲ ਕਰਦੇ ਆ ਤਾਂ ਇਹ ਮੂਰਤ ਨੇ ਤੇ ਜਦੋਂ ਅਸੀਂ ਅ ਵਿਸ਼ਵਾਸਨ ਰਿਤੀ ਰਵਾਜਾਂ ਦੀ ਗੱਲ ਕਰਦੇ ਆ ਇਹ ਵਸਤੂਆਂ ਜਿਹੜੇ ਕਿ ਅਮੂਰਤ ਨੇ ਜਿਨ੍ਹਾਂ ਨੂੰ ਆਪਾਂ ਜਿਹੜੇ ਕਿ ਦੇਖ ਨਹੀਂ ਸਕਦੇ ਆਪਣੇ ਮਨ ਦੇ ਵਿੱਚ ਹੁੰਦੀਆਂ ਨੇ ਫੀਲਿੰਗਸ ਠੀਕ ਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਅਮੂਰਤ ਤਾਂ ਉਦੋਂ ਜਿਹੜੇ ਕਿ ਕਲਚਰ ਅਮੂਰਤ ਹੁੰਦਾ ਸੱਭਿਆਚਾਰ ਜਦੋਂ ਆਪਾਂ ਕਿਸੇ ਭੌਤਿਕ ਸਮਗਰੀ ਦੀ ਗੱਲ ਕਰਦੇ ਆ ਉਸ ਸਮੇਂ ਸਮੂਰਤ ਹੁੰਦਾ ਤਾਂ ਭਾਵ ਕਿ ਸੰਸਕ੍ਰਿਤੀ ਨਾ ਕੇਵਲ ਅਮੂਰਤ ਹੈ ਤੇ ਬਲਕਿ ਅਮੂਰਤ ਮੂਰਤਾ ਬਲਕਿ ਅਮੂਰਤ ਵੀ ਹੈ ਕਿਉਂਕਿ ਇਸ ਦੇ ਵਿੱਚ ਦੋਨੋਂ ਤੱਤ ਪਾਏ ਜਾਂਦੇ ਨੇ ਇਹਦੇ ਵਿਸ਼ੇਸ਼ਤਾਵਾਂ ਸੰਸਕ੍ਰਿਤੀ ਦਾ ਸੰਚਾਰ ਪੀੜੀਦਰ ਪੀੜੀ ਅੱਗੇ ਅੱਗੇ ਚੱਲਦਾ ਰਹਿੰਦਾ ਤੇ ਸੱਭਿਆਚਾਰ ਆ ਜਿਹੜੇ ਕਿ ਸੰਸਕ੍ਰਿਤੀ ਇੱਕ ਸਮਾਜਿਕ ਹੈ ਅੱਗੇ ਦੇ ਵਿੱਚ ਆਗਬਰਨ ਤੇ ਸੰਸਕ੍ਰਿਤੀ ਉਹਦੇ ਸੰਦੇ ਵਿਚਾਰ ਇਹਨੂੰ ਜਸਟ ਇੱਕ ਵਾਰ ਰੀਡ ਕਰ ਲਿਓ ਭੌਤਿਕ ਸਮਗਰੀ ਭੌਤਿਕ ਸੰਸਕ੍ਰਿਤੀ ਦੇ ਵਿੱਚ ਕੱਪੜੇ ਵਰਤਨ ਵਗੈਰੇ ਸਾਰੇ ਆ ਜਾਣ ਭੌਤਿਕ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਚੀਜ਼ਾਂ ਨੂੰ ਸੰਭਾਲ ਸਕਦੇ ਆ ਦੇਖ ਸਕਦੇ ਆ ਠੀਕ ਹੈ ਜਿਹੜੇ ਅਮੂਰਤ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਸਿਰਫ ਮਹਿਸੂਸ ਕਰਦੇ ਹੁੰਨੇ ਆ ਪਰੰਪਰਾਵਾਂ ਰੀਤੀ ਰਿਵਾਜ ਭੌਤਿਕ ਸੰਸਕ੍ਰਿਤੀ ਜਾਂ ਭੌਤਿਕ ਸੰਸਕ੍ਰਿਤੀ ਮੀਨਸ ਸੱਭਿਆਚਾਰ ਦੇਖੋ ਪਦਾਰਥਕ ਸੱਭਿਆਚਾਰ ਵੀ ਆ ਸਕਦਾ ਕੁਐਸਚਨ ਬਣ ਕੇ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਰੱਖਣਾ ਮਟੀਰੀਅਲਿਸਟਿਕ ਠੀਕ ਹੈ ਮਟੀਰੀਅਲਿਸਟਿਕ ਕਲਚਰ ਭੌਤਿਕ ਸੰਸਕ੍ਰਿਤੀ ਜਾਂ ਪਦਾਰਥਕ ਸੰਸਕ੍ਰਿਤੀ ਜਾਂ ਪਦਾਰਥਕ ਸੱਭਿਆਚਾਰ ਜਾਂ ਭੌਤਿਕ ਸੱਭਿਆਚਾਰ ਹਾਂਜੀ ਜਿਹਦੇ ਵਿੱਚ ਭੌਤਿਕ ਸੱਭਿਆਚਾਰ ਉਹ ਹੁੰਦਾ ਜਿਸ ਦੇ ਵਿੱਚ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਸ਼ਾਮਿਲ ਹੁੰਦੀਆਂ ਨੇ ਜਿਨ੍ਹਾਂ ਨੂੰ ਮੂਰਤ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਵੇਖ ਸਕਦੇ ਹਾਂ ਛੂਹ ਸਕਦੇ ਹਾਂ ਜਿਵੇਂ ਸਕੂਟਰ ਟੀਵੀ ਇਹ ਸਾਰੀਆਂ ਚੀਜ਼ਾਂ ਠੀਕ ਹੈ ਆਪੌਤਿਕ ਸੰਸਕ੍ਰਿਤੀ ਜਿਨ੍ਹਾਂ ਨੂੰ ਜਿਹੜੇ ਕਿ ਆਪਾਂ ਉਹਨਾਂ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਿਹੜੀਆਂ અમੂਰਤ ਹੁੰਦੀਆਂ ਨੇ ਜਿਨ੍ਹਾਂ ਨੂੰ ਨਾ ਤਾਂ ਅਸੀਂ ਫੜ ਸਕਦੇ ਤੇ ਨਾ ਹੀ ਅਸੀਂ ਵੇਖ ਸਕਦੇ ਆ ਸਿਰਫ ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਠੀਕ ਹੈ ਜਿਵੇਂ ਰੀਤੀ ਰਿਵਾਜ ਨੇ ਉਹਨਾਂ ਨੂੰ ਆਪਾਂ ਮਹਿਸੂਸ ਕਰਦੇ ਹੁਣ ਰੀਤੀ ਰਿਵਾਜ ਨੂੰ ਆਪਾਂ ਫੜ ਤਾਂ ਨਹੀਂ ਸਕਦੇ ਵੀ ਚੇਅਰ ਦੇ ਤਰ੍ਹਾਂ ਉਹਨੂੰ ਇੱਕ ਜਗ੍ਹਾ ਤੇ ਬਿਠਾ ਦਾਂਗੇ ਨਹੀਂ ਕਦਰਾਂ ਕੀਮਤਾਂ ਨੇ ਉਹ ਵੀ ਠੀਕ ਹੈ ਪਰੰਪਰਾਵਾਂ ਨੇ ਉਹ ਵੀ ਤੇ ਸਕਿਲਸ ਨੇ ਉਹ ਵੀ ਨਾਰਮਸ ਨੇ ਪਰਮਾਪ ਨੇ ਵੀ ਠੀਕ ਹੈ ਸਾਰੀਆਂ અમੂਰਤ ਨੇ ਤੇ ਇਹਨੂੰ ਆਪਾਂ ਕੀ ਕਹਿੰਦੇ ਆ ਆਪੌਤਿਕ ਜਾਂ ਆਪਾਂ ਕਹਿ ਸਕਦੇ ਆ ਨਾਨ ਮਟੀਰੀਅਲ ਨੌਨ ਮਟੀਰੀਅਲ ਕਲਚਰ ਆ ਪੌਤਿਕ ਸੱਭਿਆਚਾਰ ਅਗਿਆ ਸੰਸਕ੍ਰਿਤਿਕ ਪਛੜੇਵਾ ਠੀਕ ਹੈ ਜਾਂ ਪਿਛੜਾਪਣ ਜਾਂ ਸੱਭਿਆਚਾਰਕ ਅੰਤਰਾਲ ਇਹ ਕੀ ਆ ਅੰਗਰੇਜ਼ੀ ਦੇ ਸ਼ਬਦ ਲੈਗ ਦਾ ਸ਼াব্দਿਕ ਅਰਥ ਹੈ ਟੂ ਫਾਲ ਬਿਹਾਈਂਡ ਠੀਕ ਹੈ ਟੂ ਫਾਲ ਬਿਹਾਈਂਡ ਜਿਹਦਾ ਅਰਥ ਹੈ ਪਿੱਛੇ ਰਹਿ ਜਾਣ ਵਾਲਾ ਜਾਂ ਪਛੜ ਜਾਣ ਤੋਂ ਤੇ ਸਮਾਜ ਦੇ ਵਿੱਚ ਹਰ ਇੱਕ ਵਸਤੂ ਵੱਖ-ਵੱਖ ਭਾਗਾਂ ਤੋਂ ਮਿਲ ਕੇ ਬਣੀ ਹੈ ਤੇ ਸਮਾਜ ਦੇ ਵਿੱਚ ਪਾਏ ਗਏ ਸਾਰੇ ਭਾਗ ਆਪਸ ਦੇ ਵਿੱਚ ਇੱਕ ਦੂਜੇ ਨਾਲ ਅੰਤਰ ਸੰਬੰਧ ਨੇ ਇੰਟਰ ਰਿਲੇਟਡ ਨੇ ਤੇ ਜਦੋਂ ਇੱਕ ਭਾਗ ਦੇ ਵਿੱਚ ਪਰਵਰਤਨ ਆਉਂਦਾ ਤਾਂ ਇਹਦਾ ਪ੍ਰਭਾਵ ਦੂਜੇ ਤੇ ਵੀ ਪੈਂਦਾ ਭਾਵ ਜਦੋਂ ਇੱਕ ਤੇ ਅਸਰ ਪੈਂਦਾ ਦੂਜੇ ਤੇ ਵੀ ਪੈਂਦਾ ਠੀਕ ਹੈ ਤਾਂ ਡਬਲਿਊ ਜੀ ਆਗਬਰਨ ਨੇ ਸੰਸਕ੍ਰਿਤੀ ਨੂੰ ਸੱਭਿਆਚਾਰ ਨੂੰ ਦੋ ਭਾਗਾਂ ਵਿੱਚ ਵੰਡਿਆ ਭੌਤਿਕ ਸੰਸਕ੍ਰਿਤੀ ਤੇ ਅਭੌਤਿਕ ਭਾਵ ਕਿ ਮਟੀਰੀਅਲ ਤੇ ਨਾਨ ਮਟੀਰੀਅਲ ਤੇ ਇਹਦੇ ਇੱਕ ਇਹਦੇ ਅਨੁਸਾਰ ਜੇ ਇੱਕ ਹਿੱਸੇ ਦੇ ਵਿੱਚ ਪਾਇਆ ਗਿਆ ਪਰਵਰਤਨ ਤਾਂ ਦੂਜੇ ਹਿੱਸੇ ਨੂੰ ਵੀ ਪ੍ਰਭਾਵਿਤ ਕਰਦਾ ਭਾਵ ਕਿ ਇੱਕ ਹਿੱਸੇ ਵਿੱਚ ਪਰਵਰਤਨ ਤੇਜ਼ੀ ਨਾਲ ਆਉਂਦਾ ਤਾਂ ਦੂਜੇ ਦੇ ਵਿੱਚ ਹੌਲੀ-ਹੌਲੀ ਆਉਂਦਾ ਠੀਕ ਹੈ ਤਾਂ ਹੌਲੀ-ਹੌਲੀ ਪਰਵਰਤਨ ਨਾਲ ਸੰਬੰਧਿਤ ਹਿੱਸਾ ਕੁਝ ਪਿੱਛੇ ਰਹਿ ਜਾਂਦਾ ਭਾਵ ਕਿ ਸੱਭਿਆਚਾਰ ਪਛੜੇਵਾ ਕੁਭਾ ਵੀ ਕੁਝ ਇਲਾਕਾ ਪਿਛੇ ਰਹਾ ਪਰ ਜਿਵੇਂ ਕਈ ਵਾਰ ਇਲਾਕੇ ਨੂੰ ਕਹਿੰਦੇ ਵੀ ਉਹ ਤਾਂ ਪਛੜਿਆ ਹੋਇਆ ਉਹ ਦੂਜਾ ਜਿਹੜਾ ਐਡਵਾਂਸ ਕਲਚਰ ਭਾਵ ਕਿ ਜਿਹੜਾ ਕੁਝ ਪਿੱਛੇ ਰਹਿ ਜਾਂਦਾ ਜਿਹਦੇ ਵਿੱਚ ਹੌਲੀ-ਹੌਲੀ ਪਰਵਰਤਨ ਆਉਂਦਾ ਉਹਨੂੰ ਆਪਾਂ ਕਹਿੰਦੇ ਆ ਤੇ ਸਮਾਂ ਪਾ ਕੇ ਜਿਹੜੇ ਕਿ ਉਹ ਹਾਂਜੀ ਅੱਗੇ ਉੱਪਰ ਸੱਭਿਆਚਾਰ ਕੀ ਆ ਸਬ ਕਲਚਰ ਕੀ ਆ ਹਰ ਇੱਕ ਵਿਸ਼ੇਸ਼ ਸਮੂਹ ਦੇ ਕੁਝ ਸੱਭਿਆਚਾਰਕ ਤੱਤ ਹੁੰਦੇ ਨੇ ਜਿਵੇਂ ਹਿੰਦੂਆਂ ਦਾ ਆਪਣਾ ਇੱਕ ਸੱਭਿਆਚਾਰ ਆ ਹਿੰਦੂ ਸਮਾਜ ਦੇ ਵਿੱਚ ਭਾਰਤੀ ਸੱਭਿਆਚਾਰ ਦਾ ਇੱਕ ਹਿੱਸਾ ਭਾਵ ਕਿ ਜਿਵੇਂ ਆਪਾਂ ਕਹਿੰਦੇ ਕਿ ਪੰਜਾਬ ਆ ਠੀਕ ਆ ਪੰਜਾਬੀ ਭਾਸ਼ਾ ਬਟ ਉਹ ਪੰਜਾਬੀ ਭਾਸ਼ਾ ਹੋ ਗਈ ਜਿਹੜਾ ਕਿ ਸੱਭਿਆਚਾਰ ਬਟ ਜਦੋਂ ਉਹਦੇ ਵਿੱਚ ਪੰਜਾਬੀ ਦੇ ਉਪ ਭਾਸ਼ਾਵਾਂ ਹੋ ਗਿਆ ਮਲਵਈ ਪੁਆਧੀ ਠੀਕ ਆ ਮਾਜੀ ਦੁਆਬੀ ਇਹ ਸਾਰੇ ਕੀ ਹੋਗੇ ਉਪ ਸੱਭਿਆਚਾਰ ਹੋਗੇ ਭਾਵ ਕਿ ਜਿਹੜਾ ਇੱਕ ਸੱਭਿਆਚਾਰ ਉਹਦੇ ਅੱਗੇ ਅੱਗੇ ਹਿੱਸੇ ਬਣ ਗਏ ਉਹ ਕੀ ਹੋਗਾ ਉਪ ਠੀਕ ਹੈ ਜਿਵੇਂ ਭਾਰਤੀ ਸੱਭਿਆਚਾਰ ਭਾਰਤੀ ਸੱਭਿਆਚਾਰ ਦੇ ਵਿੱਚੋਂ ਅੱਗੇ ਹਿੰਦੂ ਸੱਭਿਆਚਾਰ ਹਿੰਦੂਆਂ ਨੇ ਆਪਣਾ ਬਣਾ ਲਿਆ ਸੀ ਠੀਕ ਹੈ ਤੇ ਬਾਕੀ ਹੋਰ ਜਿਹੜੇ ਕਾਸਟ ਨੇ ਉਹਨਾਂ ਨੇ ਆਪਣਾ ਆਪਣਾ ਜਿਹੜੇ ਕੀ ਬਣਾ ਲਿਆ ਸੱਭਿਆਚਾਰ ਉਹ ਗਿਆ ਉਪਸੱਭਿਆਚਾਰ ਅੱਗੇ ਹੈ ਸੱਭਿਆਚਾਰਕ ਤattva ਜਾਂ ਸੱਭਿਆਚਾਰ ਪ੍ਰਸਾਰੀ ਵੀ ਰੀਡ ਕਰ ਲੈਣਾ ਸੱਭਿਆਚਾਰਕ ਵਿਸ਼ੇਸ਼ਕ ਠੀਕ ਹੈ ਕਲਚਰ ਟ੍ਰੇਡ ਜਿਵੇਂ ਕਿ ਮੰਗਲ ਸੂਤਰ ਪਾਉਣੋਂ ਭਾਵ ਕਿ ਇੱਕ ਸਮਾਜ ਦੇ ਵਿੱਚ ਕੋਈ ਇੱਕ ਚੀਜ਼ ਕੋਈ ਸੱਭਿਆਚਾਰ ਦੇ ਤੌਰ ਤੇ ਬਹੁਤ ਮਹੱਤਵਪੂਰਨ ਹੁੰਦੀ ਹੈ ਬਟ ਦੂਜੇ ਲਈ ਮਾਰਥੀਨ ਹੋ ਜਾਂਦੀ ਹੈ ਜਿਵੇਂ ਸੁਪੋਜ਼ ਮੰਗਲ ਸੂਤਰ ਪਾਉਣਾ ਹਿੰਦੂਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋਇਆ ਹੈ ਹਨਾ ਮੰਨਤਾ ਵੀ ਇਹ ਮੰਗਲ ਸੂਤਰ ਪਾਉਣਾ ਬਟ ਜਿਹੜੇ ਬਾਕੀ ਹੋਣੇ ਬਾਕੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਸਿੱਖਾ ਧਰਮ ਦੇ ਵਿੱਚ ਜਾਂ ਮੁਸਲਿਮ ਧਰਮ ਦੇ ਵਿੱਚ ਮੰਗਲ ਸੂਤਰ ਨੂੰ ਕੋਈ ਇੰਨੀ ਇੰਪੋਰਟੈਂਸ ਨਹੀਂ ਹੈ ਹਨਾ ਤਾਂ ਮਤਲਬ ਕਿ ਕੋਈ ਵੀ ਚੀਜ਼ ਜਦੋਂ ਇੱਕ ਸੱਭਿਆਚਾਰ ਲਈ ਖਾਸ ਹੁੰਦੀ ਆ ਉਹਦੇ ਲਈ ਤਾਂ ਪੂਰੀ ਅਰਥਦਾਇਕ ਹੁੰਦੀ ਆ ਬਟ ਦੂਜੇ ਲਈ ਉਹ ਅਰਥ ਦੀਨ ਹੁੰਦੀ ਆ ਠੀਕ ਹੈ ਅਗਿਆ ਸੱਭਿਆਚਾਰਕ ਪੈਟਰਨ ਕੀ ਹੁੰਦਾ ਜਦੋਂ ਤੱਤ ਤੇ ਸੱਭਿਆਚਾਰ ਪਰਿਵਾਰ ਆਪਸ ਦੇ ਵਿੱਚ ਸਬੰਧਿਤ ਹੁੰਦੇ ਨੇ ਤਾਂ ਸੱਭਿਆਚਾਰਕ ਪੈਟਰਨਾਂ ਦਾ ਜਿਵੇਂ ਕੀ ਪਰੰਪਰਾਵਾ ਅੱਗੇ ਹੈ ਅਗਲਾ ਹੈ ਪਰਸ ਸੰਸਕ੍ਰਿਤੀ ਗ੍ਰਹਿਣ ਜਾਂ ਸੱਭਿਆਚਾਰਕ ਸੰਕਰਮਣ ਇਹਦੇ ਵਿੱਚ ਕੀ ਹੈ ਜਿਹੜੀ ਪ੍ਰਕਿਰਿਆ ਜੋ ਵੱਖ-ਵੱਖ ਪਿਛੋਕੜਾਂ ਤੇ ਵਿਅਕਤੀਆਂ ਨੇ ਨਿਰੰਤਰ ਸੰਪਰਕ ਕਰਕੇ ਵਿਕਸਿਤ ਹੁੰਦੀ ਹੈ ਠੀਕ ਹੈ ਭਾਵ ਕਿ ਇਹ ਵਾਲੀ ਪ੍ਰਕਿਰਿਆ ਹੋਵਾ ਜਿਹੜੀ ਕਿ ਵੱਖ-ਵੱਖ ਪਿਛੋਕੜਾਂ ਜਾਂ ਵਿਅਕਤੀਆਂ ਦੇ ਨਿਰੰਤਰ ਸੰਪਰਕ ਕਰਕੇ ਵਿਕਸਿਤ ਹੁੰਦੀ ਹੈ ਤੇ ਇਸ ਜਿਹਦਾ ਕਾਰਨ ਮੂਲ ਸੱਭਿਆਚਾਰ ਅਤੇ ਪਰ ਸੱਭਿਆਚਾਰ ਦੇ ਵਿੱਚ ਪਰਿਵਰਤਨ ਹੁੰਦਾ ਠੀਕ ਹੈ ਬਾਕੀ ਜਿਵੇਂ ਇਹਨਾਂ ਰਾਈਟਰ ਨੇ ਦਿੱਤੀ ਹੈ ਉਦਾਹਰਨ ਤੁਸੀਂ ਇਹਨੂੰ ਰੀਡ ਕਰ ਲੈਣਾ ਅੱਗੇ ਸੱਭਿਆਤਾ ਕੀ ਹੁੰਦੀ ਹੈ ਸੱਭਿਆਤਾ ਜਿਹੜੇ ਕਿ ਲੋੜਾਂ ਪੂਰੀਆਂ ਕਰਨ ਦਾ ਇੱਕ ਸਾਧਨ ਹੈ ਮੈਕਾਂਵਰ ਦੇ ਅਨੁਸਾਰ ਸੱਭਿਆਤਾ ਭੌਤਿਕ ਸੱਭਿਆਚਾਰ ਸੱਭਿਆਚਾਰ ਹੈ ਜਿਦੇ ਵਿੱਚ ਉਹ ਸਾਰੀਆਂ ਵਸਤੂਆਂ ਆ ਜਾਂਦੀਆਂ ਜਿਹੜੇ ਜਿਹੜੇ ਕਿ ਉਪਯੋਗੀ ਹੁੰਦੇ ਨੇ ਭੌਤਿਕ ਸੱਭਿਆਚਾਰ ਭਾਵ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ ਜਿਹੜੇ ਮਹਿਸੂਸ ਕਰ ਸਕਦੇ ਹਾਂ ਅਗਿਆ ਸਮੀਕਰਨ ਕੀ ਹੈ ਜਾਂ ਅਪੇਤਕੀ ਹੈ ਸਾਤਮੀਕਰਨ ਕੀ ਹੈ ਠੀਕ ਹੈ ਇਹ ਵੀ ਬਹੁਤ ਵਾਰ ਆਇਆ ਹੈ ਤੁਸੀਂ ਇਹਨੂੰ ਵੀ ਰੀਡ ਕਰਨਾ ਦੇਖੋ ਇਹ ਬਹੁਤ ਵਾਰ ਆਇਆ ਹੋਇਆ ਕੁਐਸਚਨ ਹੈ ਅੱਗੇ ਸੱਭਿਆਚਾਰਕ ਬਹੁਵਾਦ ਇਹ ਵੀ ਆਇਆ ਹੋਇਆ ਬਹੁਤ ਵਾਰ ਠੀਕ ਹੈ ਅੱਗੇ ਹੈ ਐਥਨੋਸੈਂਟ੍ਰੀਜ਼ਮ ਜਾਤੀਵਾਦ ਜਾਂ ਨਕਲੀ ਨਸਲੀ ਕੇਂਦਰਵਾਦ ਇਹ ਵੀ ਬਹੁਤ ਵਾਰ ਆਇਆ ਹੋਇਆ ਇਹ ਵੀ ਰੀਡ ਕਰਨਾ ਤੁਸੀਂ ਠੀਕ ਹੈ ਤੇ ਨੈਕਸਟ ਸਮਾਜਿਕ ਕਰਨ ਦੇ ਵਿੱਚੋਂ ਵੀ ਕੁਐਸਚਨ ਬਹੁਤ ਆਏ ਹੋਏ ਨੇ ਜਿਵੇਂ ਸਮਾਜਿਕ ਕਰਨ ਕੀ ਹੈ ਇਹਨੂੰ ਰੀਡ ਕਰ ਲੈਣਾ ਸਟੂਡੈਂਟਸ ਠੀਕ ਹੈ ਅੱਗੇ ਇਹਦੇ ਵਿੱਚੋਂ ਸਮਾਜਿਕ ਕਰਨ ਆਉਂਦੀਆਂ ਜਿਹੜੇ ਭੂਮਿਨ ਭੂਮਿਨ ਏਜੰਸੀਆਂ ਕਿਹੜੀਆਂ-ਕਿਹੜੀਆਂ ਨੇ ਇਹ ਵੀ ਕੁਐਸਚਨ ਆਇਆ ਹੋਇਆ ਠੀਕ ਹੈ ਤੇ ਰਸਮੀ ਤੇ ਗੈਰ ਰਸਮੀ ਬਾਕੀ ਇਹਨਾਂ ਦੇ ਵਿੱਚੋਂ ਏਜੰਸੀਆਂ ਇਕੱਠੀਆਂ ਵੀ ਨੇ ਠੀਕ ਆ ਆਤਮ ਆਤਮਦਰਸ਼ੀ ਦਰਪਣ ਦਰਪਣ ਖੋਦ ਦਰਪਣ ਵਿਅਕਤੀਵਤ ਠੀਕ ਹੈ ਗਲਾਸ ਖੁਦ ਦੇਖਣਾ ਜਾਂ ਸਮਾਜਿਕ ਕਰਨ ਦੇ ਕੁੱਲੇ ਦੇ ਸਿਧਾਂਤ ਦੇ ਜਿਹੜੇ ਕੀ ਇਹ ਸਾਰੇ ਨਾਂ ਨੇ ਵੀ ਕੁੱਲੇ ਦਾ ਜਿਹੜਾ ਸਿਧਾਂਤ ਉਹਨੂੰ ਆਤਮਦਰਸ਼ੀ ਸ਼ੀਸ਼ਾ ਵੀ ਕਹਿੰਦੇ ਨੇ ਗਲਾਸ ਖੁਦ ਦੇਖਣਾ ਵੀ ਕਹਿੰਦੇ ਨੇ ਸੈਲਫ ਠੀਕ ਹੈ ਸਮਾਜਿਕ ਕਰਨ ਦੇ ਕੁੱਲੇ ਦੇ ਵਿਚਾਰ ਦਰਪਣ ਵਿਅਕਤੀਗਤ ਦਾ ਦਰਪਣ ਖੋਦ ਗਲਾਸ ਸੈਲਫ ਆਤਮਦਰਸ਼ੀ ਇਹ ਉਹਦਾ ਸਿਧਾਂਤ ਆ ਠੀਕ ਹੈ ਇਹਨੂੰ ਰੀਡ ਕਰਨਾ ਸਵੈ ਦਾ ਸਿਧਾਂਤਿਕ ਇੱਕ ਮੀਡ ਦਾ ਸਿਧਾਂਤ ਇਹ ਬਹੁਤ ਵਾਰ ਆਏ ਹੋਏ ਨੇ ਕੁਐਸਚਨ ਸਟੂਡੈਂਟਸ ਤੁਸੀਂ ਇਹਨਾਂ ਨੂੰ ਰੀਡ ਕਰ ਲੈਣਾ ਅ ਮੀਡ ਦਾ ਸਵੈ ਸੰਗਲਪ ਦਾ ਸਿਧਾਂਤ ਸਵੈ ਦਾ ਸਿਧਾਂਤ ਸੈਲਫ ਦਾ ਠੀਕ ਹੈ ਅ ਨੈਕਸਟ ਫਰਾਈਡ ਦਾ ਸਿਧਾਂਤ ਵੀ ਆਇਆ ਹੋਇਆ ਸੁਪਰ ਈਗੋ ਠੀਕ ਹੈ ਸੁਪਰ ਈਗੋ ਨੂੰ ਵੀ ਰੀਡ ਰੀਡ ਕਰਨਾ ਵੀ ਬਹੁਤ ਵਾਰ ਆਇਆ ਹੋਇਆ ਤੇ ਸਮਾਜ ਸਮੂਹਿਕ ਪ੍ਰਤੀਨਿਧਤਾ ਵਾਲਾ ਕੁਐਸਚਨ ਵੀ ਠੀਕ ਹੈ ਇਡ ਕੀ ਹੈ ਇਡ ਤੇ ਇਹਦਾ ਇਹ ਵਾਲਾ ਕੁਐਸਚਨ ਈਗੋ ਕੀ ਹੈ ਠੀਕ ਹੈ ਈਗੋ ਚੇਤਨਾ ਪ੍ਰਕਿਰਿਆ ਅਚੇਤਨਾ ਪ੍ਰਕਿਰਿਆ ਇਹ ਸਾਰੇ ਕੁਸ਼ਚਨ ਆਏ ਹੋਏ ਨੇ ਠੀਕ ਆ ਸਮਾਜਿਕ ਕਰਨ ਦਾ ਮਹੱਤਵ ਤੇ ਅੱਗੇ ਪੀਅਰ ਗਰੁੱਪ ਕੀ ਹੁੰਦਾ ਠੀਕ ਆ ਸਮਾਜਿਕ ਕਰਨ ਵਿੱਚ ਮੀਡੀਆ ਦੀ ਕੀ ਭੂਮਿਕਾ ਯੰਤਰਿਕ ਸਮਾਜਿਕਤਾ ਕੀ ਹੈ ਪ੍ਰਜਾਤੀਸ਼ਤਾ ਸਮਾਜਿਕ ਕਰਨ ਕੀ ਹੈ ਭਟਕਣਾ ਕੀ ਹੈ ਥੈਂਕਸ ਇਹਨਾਂ ਨੂੰ ਤੁਸੀਂ ਰੀਡ ਕਰ ਲੈਣਾ